ズ、ほほ。さつりやかあじ、プログラム、カバーテナジャー、ジェンダーバリアショービッチタダ、スワグ。ペラダスト、アジリア、カバーデビッチ、ドー、ナショナル、カバーナバゲ、ラホル・ガンディ、マッド・プラデシュ・ディヴィッチ、マンドラテ、シャドウ・ディヴィッチ、テジャド・バブス・モルダゲ、ジャーチョ、プロル・カタモゲ、フュール・カタモーカル、ウッティ、トレダペア、タベテカナ、ジャラカナペア、テ、ナー、ウッティ、キーキーハ、エガル・カランゲ。ドゥジー・ガルジェリア、バディガル、ジェリア、アジェ・シューチュー、アパデー・クレア、サラデーシュ、ジェラ、オフォー、ウジャー・カレヘ、マンダラチジャーケ、オエアケテン・ラティア・ダ・ペラディナ、マー・シャープ・トリディア・ジュ・ポジャー、オレイ、テク・カブロ・ホルビ・ラマン、ゲ・ソルジ・グレヘンディ。パメケ、サデー・デーシュ、ウィッチ・ソルジ・グレヘン、ナザ・ネイアヤ、レクン、ウトリ・アメリカ・デヴィッチ、アメリカ・デ・カネダ、チ・ラカ・ロパネ、バレー・シャー・ダレ・グランディケア、イディビガル・カランゲ、テナー・フィラパ・ガル・カニエル、ジェダ・ペラ・プラーナ・チョーダ、ウディ・プライド・ジェダ・シュー・ウィッチ・ボタ・ペアリエイディチ・ソ・ドー・シタ・ボタ・ペアリエル、イディア・ジェディ・サンスタ、アソシエーション・フォー・デモクリティック・フォー・リフォームズ、ADR ने एक विश्लेषण करके दस्या देश लो कि पहले पड़ा दिया 102 सीटा जो 42 नूं तुसी रेड अलर्ट कह सकते रेड अलर्ट सीटा क्यों क्योंकि इत्थे उह लोग खड़े ने जिन्हां ते बहुत गंभीर मामले दर्ज ने किहड़े किहड़े ने किहड़ियां पार्टियां दे ने इह गल कर दिया अगे जा के ते नाल फिर आपां इह वी गल करनी है ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੋਵੇਂ ਅੰਬੋ ਸਾਹਮਣੇ ਕਿਉਂ ਨੇ ਚੋਣ ਮਨੋਰਥ ਪੱਤਰ ਕਾਂਗਰਸ ਨੇ ਜਾਰੀ ਕੀਤਾ ਲੇਕਿਨ ਮੋਦੀ ਸਾਹਿਬ ਕਿਉਂ ਚੋਣ ਕਮਿਸ਼ਨ ਕੋਲ ਮੋਦੀ ਸਾਹਿਬ ਦੀ ਸ਼ਿਕਾਇਤ ਹੋ ਗਈ ਇਹ ਵੀ ਗੱਲ ਕਰਨੀ ਬਣਦੀ ਹੈ ਕਰਾਂਗੇ ਤੇ ਇੱਕ ਲਗਾਤਾਰ ਤੀਜਾ ਚੌਥੀ ਵਾਰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਸਰਕਾਰ ਨੇ ਹੁਕਮ ਦਿੱਤਾ ਕਿ ਜਿਨ੍ਹਾਂ ਕੋਲ ਵੀ ਲਾਇਸੈਂਸੀ ਹਥਿਆਰ ਨੇ ਉਹ ਜਮ੍ਹਾਂ ਕਰਾ ਦਿਓ ਇਹ ਤਾਂ ਇਹ ਕਿਹਾ ਜਾਂਦਾ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਪਹਿਲੀ ਲੜਾਈ ਗਦਰ ਹੋਇਆ ਸੀ ਨਾ ਉਸ ਵੇਲੇ ਦਾ ਹੁਕਮ ਇੱਕ ਕਿਸਮ ਦਾ ਹੈ ਵੀ ਸਾਰੇ ਕਰਾ ਦਿਓ ਤੇ ਇਹਨੂੰ ਦਿੱਤੀ ਚੁਣੌਤੀ ਜਿਹੜੇ ਹੁਕਮ ਦਿੱਤਾ ਤੇ ਹਾਈ ਕੋਰਟ ਨੇ ਫਿਰ ਨੋਟਿਸ ਜਾਰੀ ਕੀਤਾ ਜੀ ਆਪਾਂ ਗੱਲ ਕਰਦੇ ਹਾਂ ਅੱਗੇ ਜਾ ਕੇ ਡਿਟੇਲ ਦੇ ਵਿੱਚ ਬਗਾਵਤਾਂ ਦਾ ਦਲ ਬਦਲੂਆਂ ਦਾ ਟਪੂਸੀ ਮਾਰਾਂ ਦਾ ਪਲਟੀ ਮਾਰਾਂ ਦਾ ਇਹ ਦੌਰ ਹੁੰਦਾ ਹੈ ਜਦੋਂ ਇਲੈਕਸ਼ਨ ਆਉਂਦੀ ਹੈ ਤੇ ਸਾਡੇ ਦੇਸ਼ ਦੇ ਵਿੱਚ ਤਾਂ ਹੈ ਹੀ ਲਗਾਤਾਰ ਇੱਥੇ ਜਿਹੜੀ ਚੋਣ ਹੈ ਨਾ ਸਾਡਾ ਦੇਸ਼ ਬੜਾ ਮਹਾਨ ਹੈ ਇੱਥੇ ਚੋਣ ਜੋ ਮਰਜ਼ੀ ਕਹੀਏ ਵਿਚਾਰਧਾਰਾ ਤਾਂ ਗੌਣ ਹੋਈ ਪਈ ਹੈ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਪਰਿਵਾਰ ਦੇ ਨਾਂ ਤੇ ਮੌਕਾ ਪ੍ਰਸਤੀ ਸਮਝੌਤਾ ਵਾਦੀ ਬੜਾ ਕੁਛ ਇੱਥੇ ਹੁੰਦਾ ਹੈ ਖੈਰ ਮੈਂ ਗੱਲ ਕਰ ਰਿਹਾ ਸੀ JJP ਦੀ ਉਹਦੇ ਚ ਬਗਾਵਤ ਹੋ ਗਈ ਪੰਜ ਅਹੁਦੇਦਾਰ ਸਮੇਂ ਪ੍ਰਧਾਨ ਛੱਡ ਗਏ ਤੇ ਨਾਲ ਫਿਰ ਚੌਧਰੀ ਵਰਿੰਦਰ ਸਿੰਘ ਉਹਦਾ ਪੁੱਤ ਤਾਂ ਪਹਿਲਾਂ ਹੀ ਛੱਡ ਗਿਆ ਸੀ ਭਾਰਤੀ ਜਨਤਾ ਪਾਰਟੀ ਨੂੰ ਫਿਰ ਮਾਂ ਪਿਓ ਵੀ ਹੁਣ ਜਿਹੜਾ ਹੈ ਅੱਜ ਸ਼ਾਇਦ ਕਾਂਗਰਸ 'ਚ ਸ਼ਾਮਿਲ ਹੋ ਜੇ ਉਹਦੀ ਵੀ ਗੱਲ ਕਿਸਾਨਾਂ ਦਾ ਵਿਰੋਧ ਜਾਰੀ ਹੈ ਇਹਦੀ ਵੀ ਗੱਲ ਕਰਨੀ ਬਣਦੀ ਹੈ ਤੇ ਫੈਸਲਾ ਕੇਜਰੀਵਾਲ ਦਾ ਵੀ ਅੱਜ ਹੋਣਾ ਜਮਾਨਤ ਹਾਈ ਕੋਰਟ ਨੇ ਅੱਜ ਰਾਖਵਾਂ ਰੱਖਿਆ ਸੀ ਨਾ ਫੈਸਲਾ ਅੱਜ ਕਰਨਾ ਹੈ
ਵੈਸੇ ਮੁਹਿੰਮ ਸ਼ੁਰੂ ਕਰਤੀ, ਸਲੋਗਨ ਦੇਤਾ, ਜੇਲ ਦਾ ਜਵਾਬ ਵੋਟ ਨਾਲ, ਇਹ ਆਮ ਆਦਮੀ ਪਾਰਟੀ ਦਾ ਸਲੋਗਨ ਹੈ। ਵੈਸੇ ਮੁਸ਼ਕਲਾਂ ਵੱਧ ਸਕਦੀਆਂ ਨੇ, ਦਰਗੇਸ਼ ਪਾਠਕ ਨੂੰ ਵੀ ਕੱਲ ਬੁਲਾ ਲਿਆ ਸੀ, ਕੇਜਰੀਵਾਲ ਦੇ ਪੀਏ ਨੂੰ ਵੀ ਬੁਲਾਇਆ ਸੀ, ਇਹ ਵੀ ਹੈ। ਤੇ ਕਾਂਗਰਸ ਦੇ ਵਿੱਚ ਹਮੇਸ਼ਾ ਵਾਂਗ ਟਿਕਟਾਂ ਦਾ ਰੇੜਕਾ ਪਿਆ ਹੋਇਆ ਹੈ, ਪਟਿਆਲੇ ਦੇਖ ਲਓ, ਹੋਰ ਲੁਧਿਆਣੇ ਦੇਖ ਲਓ, ਕਹਿੰਦੇ ਜੀ ਬੈਂਸ ਨੂੰ ਨਹੀਂ ਆਉਣ ਦੇਣਾ। ਹੁਣ ਜਿਹੜਾ ਚੌਧਰੀ ਪਰਿਵਾਰ ਕਹਿੰਦਾ ਤਾਂ ਸਾਡਾ ਹੱਕ ਹੈ, ਤੇ ਸੰਤੋਖ ਸਿੰਘ ਚੌਧਰੀ ਦਾ ਮੁੰਡਾ MLA ਬਿਕਰਮ ਚੌਧਰੀ ਫਲੋਰ ਤੋਂ, ਜਿਹੜਾ ਉਹਨੇ ਅਸਤੀਫਾ ਦਿੱਤਾ, ਉਹ ਚੀਫ ਵਿਪ ਸੀ, ਚੀਫ ਵਿਪ ਤੋਂ ਅਸਤੀਫਾ ਦਿੱਤਾ ਹੈ, ਤੇ ਚੰਨੀ ਨੇ ਕੋਠੀ ਲੈ ਲਈ ਕਿ ਮੈਂ ਤਾਂ ਤਿਆਰੀ ਕਰ ਲਈ ਸ਼ੁਰੂ। ਤੋ ਇਹ ਸਾਰੀਆਂ ਗੱਲਾਂ ਆਪਾਂ ਕਰਦੇ ਹਾਂ ਜਾ ਕੇ ਡਿਟੇਲ ਦੇ ਵਿੱਚ, ਲੇਕਿਨ ਸਭ ਤੋਂ ਪਹਿਲਾਂ ਆਪਾਂ ਖਬਰ ਜਿਹੜੀ ਮੈਂ ਤੁਹਾਨੂੰ ਦੱਸੀ ਸੀ, ਅੱਜ ਦੋ ਧਰਮ ਨਾਲ ਸੰਬੰਧਿਤ ਖਬਰਾਂ ਤੋਂ ਗੱਲ ਸ਼ੁਰੂ ਕਰ ਲਈਏ। ਦੇਖੋ, ਅੱਜ ਨਰਾਤਿਆਂ ਦਾ ਪਹਿਲਾ ਦਿਨ ਹੈ, ਔਰ ਇਹ ਜਿਹੜਾ ਨੌ ਦਿਨ ਮਾਂ ਦੁਰਗਾ ਦੇ ਵੱਖ ਵੱਖ ਨੌ ਰੂਪ ਕਹਿ ਲਓ, ਨੌ ਰੂਪਾਂ ਦੀ ਪੂਜਾ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ, ਤੇ ਅੱਜ ਮਾਂ ਸ਼ੈਲ ਪੁੱਤਰੀ ਦੀ ਪੂਜਾ ਹੋਣੀ ਹੈ। ਸਵੇਰੇ ਹੀ ਮੈਂ ਦੇਖ ਰਿਹਾ ਸੀ TV ਚੈਨਲਾਂ ਤੇ ਕਿ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਵਰਤ ਰੱਖਦੀਆਂ ਨੇ ਬੀਬੀਆਂ ਇਸ ਦਿਨ, ਤੇ ਇਹ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਨਾਲ ਇੱਕ ਹੋਰ ਦੱਸੀਏ ਕਿ ਜਿਹੜਾ ਗ੍ਰਹਿਣ ਹੈ, ਚੰਦ ਜਾਂ ਸੂਰਜ ਗ੍ਰਹਿਣ, ਇਹਨੂੰ ਵੀ ਵਾਹਵਾ ਮਹੱਤਤਾ ਦਿੱਤੀ ਜਾਂਦੀ ਹੈ ਹਿੰਦੂ ਧਰਮ ਦੇ ਵਿੱਚ। ਲੇਕਿਨ ਕੱਲ ਜਦੋਂ ਸੂਰਜ ਗ੍ਰਹਿਣ ਲੱਗਿਆ, ਭਾਰਤ ਦੇ ਵਿੱਚ ਉਹਦਾ ਕੋਈ ਅਸਰ ਨਹੀਂ ਸੀ, ਪਰ ਉਹ ਉੱਤਰੀ ਅਮਰੀਕਾ ਚ ਵੱਡਾ ਅਸਰ ਦੇਖਣ ਨੂੰ ਮਿਲਿਆ ਸੀ। ਹਾਲਾਂਕਿ ਸਾਡੇ ਚੈਨਲਾਂ ਤੇ ਵੀ ਡਿਸਕਸ਼ਨਾਂ ਹੋ ਰਹੀਆਂ ਸੀ ਔਰ ਦੱਸਿਆ ਜਾ ਰਿਹਾ ਸੀ, ਪਾਮਿਸਟਰੀ ਦੇ ਅੰਗਲ ਤੋਂ ਗੱਲ ਹੋ ਰਹੀ ਸੀ, ਵਿਗਿਆਨਿਕ ਨਜ਼ਰੀਏ ਤੋਂ ਵੀ ਗੱਲਾਂ ਹੋ ਰਹੀਆਂ ਸੀ। ਲੱਖਾਂ ਲੋਕਾਂ ਨੇ ਕੱਲ ਕੈਨੇਡਾ ਤੇ ਅਮਰੀਕਾ ਚ ਦੇਖਿਆ, 4 ਮਿੰਟ ਤੇ 28 ਸਕਿੰਟ ਦਾ ਇਹ ਸੂਰਜ ਗ੍ਰਹਿਣ ਸੀ, ਪੂਰਾ ਸੂਰਜ ਗ੍ਰਹਿਣ, ਔਰ 21 ਸਾਲ ਬਾਅਦ ਇਸ ਤਰ੍ਹਾਂ ਦਾ ਨਜ਼ਾਰਾ ਲੋਕਾਂ ਨੇ ਦੇਖਿਆ। ਹੁਣ ਆਪਾਂ ਗੱਲ ਕਰ ਲਈਏ ਜਿਹੜੀਆਂ ਪੋਲੀਟੀਕਲ ਖ਼ਬਰਾਂ। ਦੇਖੋ, ਪੋਲੀਟੀਕਲ ਖ਼ਬਰ ਵੱਡੀ ਤਾਂ ਇਹ ਬਣਦੀ ਹੈ, ਮੋਦੀ ਸਾਹਿਬ ਲਗਾਤਾਰ ਜਿਹੜੇ ਨੇ ਉਹ ਅਟੈਕ ਕਰ ਰਹੇ ਨੇ ਵਿਰੋਧੀਆਂ ਦੇ, ਤੇ ਮੋਦੀ ਸਾਹਿਬ ਕੋਈ ਵੈਸੇ ਜਦੋਂ ਵੀ ਗੱਲ ਕਰਦੇ ਨੇ, ਮੈਂ ਤਾਂ ਮਜ਼ੇ ਕਰਨ ਲਈ ਨਹੀਂ ਜੰਮਿਆ, ਮੈਂ ਤਾਂ ਸੇਵਾ ਕਰਨ ਲਈ ਜੰਮਿਆ, ਦੇਸ਼ ਦੀ ਕੰਮ ਕਰਨ ਲਈ ਪੈਦਾ ਹੋਇਆ, ਤੇ ਉਦੋਂ ਬਾਅਦ ਉਹ ਕਾਂਗਰਸ ਤੇ ਪੈ ਜਾਂਦੇ ਨੇ ਵੀ ਇਹਨਾਂ ਨੇ ਕੀਤਾ। ਵੈਸੇ ਚਾਹੀਦਾ ਮੋਦੀ ਸਾਹਿਬ ਨੂੰ ਇਹ ਹੈ ਕਿ ਜੋ ਕੁਛ ਤੁਸੀਂ ਕੀਤਾ ਹੈ, ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਤੁਸੀਂ, ਕਿੰਨੀ ਬੇਰੁਜ਼ਗਾਰੀ ਖਤਮ ਕੀਤੀ ਹੈ, ਇਹ ਦੱਸਣ ਦੀ ਲੋੜ ਹੁੰਦੀ ਹੈ। ਕਿਹੜੀ ਭਰਤੀ ਫੌਜ ਚ ਕਿੰਨੀ, ਰੇਲਵੇ ਚ ਕਿੰਨੀ, ਚੀਨ ਨੇ, ਚੀਨ ਦਾ ਕਿਵੇਂ ਜਵਾਬ ਦਿੱਤਾ ਹੈ, ਜਿਹੜੀਆਂ ਗੱਲਾਂ ਜਿਵੇਂ ਨੋਟਬੰਦੀ ਕਰ ਲਈ, ਉਦੋਂ ਬਾਅਦ ਨੋਟਬੰਦੀ ਬਾਰੇ ਕੋਈ ਗੱਲ ਨਹੀਂ ਕੀਤੀ, ਤੇ ਮੋਦੀ ਸਾਹਿਬ ਇਸੇ ਕਰਦੇ ਨੇ ਬਿਲਕੁਲ। ਜੇ ਉਹ ਪਰਿਵਾਰਵਾਦ ਤੇ ਅਟੈਕ ਕਰਦੇ ਨੇ, ਤੇ ਲੇਕਿਨ ਨਵਾਦਾ ਦੇ ਵਿੱਚ ਕੋਈ ਪਰਿਵਾਰਵਾਦ ਤੇ ਅਟੈਕ ਨਹੀਂ, ਕਿਉਂਕਿ ਚਿਰਾਗ ਪਾਸਵਾਨ ਬੈਠਾ ਸੀ ਤੇ ਵਿਵੇਕ ਠਾਕੁਰ, ਮਤਲਬ ਜਿਹੜਾ, ਕਿਉਂਕਿ ਜਿਹੜੇ ਵੀ ਪਰਿਵਾਰਵਾਦੀ ਸੀ ਉੱਥੇ ਸੀ, ਉੱਥੇ ਚੁੱਪ ਕਰਕੇ ਪਰਿਵਾਰਵਾਦ ਤੇ ਕੋਈ ਅਟੈਕ ਨਹੀਂ ਕੀਤਾ। ਜਿਹੜੀ ਸਾਰਾ ਕੁਛ ਕੋਈ ਮੌਕਾ ਪ੍ਰਸਤੀ, ਸਮਝੌਤਾ ਪ੍ਰਸਤੀ, ਬੜਾ ਕੁਛ ਚੱਲਦਾ ਹੈ, ਉਹ ਗੱਲ ਹੁਣ ਉਹਨਾਂ ਨੇ ਕੱਲ੍ਹ ਅਟੈਕ ਕਰਤਾ। ਉਹ ਕਹਿੰਦੇ ਜਿਹੜੇ ਮੁਸਲਿਮ ਲੀਗ ਦੀ, ਇਹ ਨਵਾਦਾ ਚ ਕੀਤਾ ਸੀ, ਜਿੱਥੇ ਕੋਈ ਪਰਿਵਾਰ ਦੀ ਗੱਲ ਨਹੀਂ, ਜਿੱਥੇ ਕੋਈ ਡਿਵੈਲਪਮੈਂਟ ਨਹੀਂ, ਉੱਥੇ ਕਹਿੰਦੇ ਜੀ ਜਿਹੜੀ ਜਿਹੜਾ ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਨਾ,
ਉਹਦੇ ਚ ਮੁਸਲਿਮ ਲੀਗ ਦੀ ਲੱਗਦੀ ਹੈ ਛਾਪ, ਕਿਉਂ ਲੱਗਦਾ ਹੈ? ਇਹ ਤੁਸਤੀਕਰਨ ਵਾਲਾ ਜਿਹੜੀ ਮਾਲ ਇਹ ਹੈ, ਮੋਦੀ ਸਾਹਿਬ ਤੁਸਤੀਕਰਨ ਤੇ ਘੇਰ ਰਹੇ ਨੇ ਕਾਂਗਰਸ ਪਾਰਟੀ ਨੂੰ। ਤੇ ਉਦੋਂ ਬਾਅਦ ਫਿਰ ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ, ਇੱਕ ਹੋਰ ਹੈ ਕਿ ਜਿੱਥੇ ਵੀ ਜਾਂਦੇ ਨੇ, ਜੇ ਹੋਲੀ ਬਣਾਉਣ ਜਾਂਦੇ ਨੇ ਜਾਂ ਬਾਰਡਰ ਤੇ ਜਾਂਦੇ ਨੇ, ਉਹ ਵਰਦੀ ਪਾ ਲੈਂਦੇ ਨੇ ਫੌਜ ਦੀ, ਜੇ ਨੇਵੀ ਜਾਂਦੇ ਨੇਵੀ ਦੀ ਵਰਦੀ, ਚਲੋ ਪੀਐਮ ਹੈ ਪਾ ਸਕਦੇ ਨੇ, ਲੇਕਿਨ ਚੋਣ ਪ੍ਰਚਾਰ ਚ ਵਰਦੀ ਦਿਖਾਉਣ ਦਾ ਕੀ ਆਈਡੀਆ? ਇਹਨੂੰ ਵੀ ਸ਼ਿਕਾਇਤ ਜਿਹੜੀ ਹੈ ਕੀਤੀ ਹੈ, ਦੋ ਸ਼ਿਕਾਇਤਾਂ ਕਰ ਕੀਤੀਆਂ ਨੇ ਕਾਂਗਰਸ ਪਾਰਟੀ ਨੇ। ਉਹਨਾਂ ਦੇ ਮੁਲਕ ਵਾਸਤੇ ਸਲਮਾਨ ਖੁਰਸ਼ੀਦ, ਪਵਨ ਖੇੜਾ ਇਹ ਗਏ ਸੀ ਵਫਦ ਲੈ ਕੇ ਚੋਣ ਕਮਿਸ਼ਨ ਕੋਲ ਕਿ ਜੀ ਇਹ ਮੁਸਲਿਮ ਲੀਗ ਦੇ ਧਰਮ ਦੀ ਗੱਲ ਕਰਦੇ ਨੇ, ਔਰ ਦੂਜੇ ਪਾਸੇ ਇਹ ਵੰਡਣਾ ਚਾਹੁੰਦੇ ਨੇ ਧਰਮ ਦੇ ਨਾਂ ਤੇ ਦੇਸ਼ ਨੂੰ, ਤੇ ਦੂਜਾ ਇਹ ਵਰਦੀ ਦੀ ਜਿਹੜੀ ਹੈ ਗਲਤ ਇਸਤੇਮਾਲ ਹੋ ਰਿਹਾ ਹੈ ਚੋਣ ਪ੍ਰਚਾਰ ਦੇ ਵਿੱਚ, ਇਹ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਨਵਾਦਾ ਚ ਤਾਂ ਧਰਮ ਦੇ ਨਾਂ ਤੇ ਹੋਰ ਵੀ ਬੜੀਆਂ ਗੱਲਾਂ ਕੀਤੀਆਂ ਸੀ ਕਿ ਰਾਮ ਮੰਦਿਰ ਕਿਉਂ ਨੀ ਆਏ ਉਦਘਾਟਨ ਵੇਲੇ। ਇਹਦਾ ਹਰ ਇੱਕ ਬੰਦੇ ਦਾ ਆਪਦਾ ਹੱਕ ਹੈ, ਜਦੋਂ ਜਾਣਾ ਚਾਹੁੰਦਾ ਜਾਵੇ। ਖੈਰ ਇਹ ਇਹਦੇ ਜਵਾਬ ਦੇ ਵਿੱਚ ਇਹਦਾ ਹੁਣ ਹੋ ਗਿਆ, ਫਿਰ ਮਲਕਰਜਨ ਖੜਗੇ ਆ ਗਏ ਕਾਂਗਰਸ ਦੇ ਪ੍ਰਧਾਨ, ਉਹ ਕਹਿੰਦੇ ਦੇਖੋ ਜੋ ਕੁਛ ਮੋਦੀ ਸਾਹਿਬ ਕਰਦੇ ਨੇ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ, ਕਿਉਂਕਿ ਮੋਦੀ ਤੇ ਸ਼ਾਹ ਇਹਨਾਂ ਦੋਨਾਂ ਦੇ, ਮੈਂ ਪੜ੍ਹ ਰਿਹਾ ਸੀ ਉਹਨਾਂ ਦੀ ਟਿੱਪਣੀ, ਇਹਨਾਂ ਦੋਨਾਂ ਦੇ ਵਿਚਾਰ ਜਿਹੜੇ ਰਾਜਨੀਤਿਕ ਵਿਚਾਰਕ ਪੂਰਵਜ ਨੇ ਉਹ ਆਜ਼ਾਦੀ ਦੀ ਲੜਾਈ ਚ ਅੰਗਰੇਜ਼ਾਂ ਦਾ ਸਾਥ ਦਿੰਦੇ ਰਹੇ ਨੇ, ਉਹ ਮੁਸਲਿਮ ਲੀਗ ਦੇ ਨਾਲ ਰਹੇ ਨੇ। 1940 ਚ ਇਹਨਾਂ ਨੇ ਮੁਸਲਿਮ ਲੀਗ ਨਾਲ ਮਿਲ ਕੇ ਬੰਗਾਲ ਤੇ ਸਿੰਧ ਦੇ ਵਿੱਚ ਸਰਕਾਰ ਬਣਾਈ ਸੀ, ਇਹ ਉਹਨਾਂ ਨੇ ਕਿਹਾ। ਇਹ ਕਹਿੰਦੇ 1942 ਚ ਇਹਨਾਂ ਨੇ ਭਾਰਤ ਛੋੜੋ ਅੰਦੋਲਨ ਦਾ ਵਿਰੋਧ ਕੀਤਾ ਸੀ, ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਹਵਾਲਾ ਦਿੱਤਾ ਕਿ ਉਹ ਅੰਗਰੇਜ਼ਾਂ ਦਾ ਸਾਥੀ ਸੀ, ਤੇ ਹੁਣ ਇਹ ਗੱਲ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ, ਔਰ ਇਹ ਕਹਿੰਦੇ ਸਾਡੇ ਜਿਹੜੀਆਂ ਖਿਲਾਫ ਗੱਲਾਂ ਕਰ ਰਹੇ ਨੇ, ਇਹ ਆਪਣੀ ਪੀੜ੍ਹੀ ਥੱਲੇ ਸੋਟਾ ਕਿਉਂ ਨੀ ਫੇਰਦੇ ਮੋਦੀ ਸਾਹਿਬ? ਤੋ ਇਹ ਦੋਨੇ ਆਮੋ ਸਾਹਮਣੇ ਨੇ, ਲੋਕਾਂ ਨੇ ਫੈਸਲਾ ਕਰਨਾ, ਸਾਡੇ ਲਈ ਤਾਂ ਚੰਗੀ ਗੱਲ ਹੈ ਜਦੋਂ ਦੋਨੇ ਇੱਕ ਦੂਜੇ ਨੂੰ ਐਕਸਪੋਜ਼ ਕਰਦੇ ਨੇ ਨਾ, ਲੋਕਾਂ ਨੂੰ ਫਾਇਦਾ ਹੁੰਦਾ ਹੈ, ਸਾਨੂੰ ਫਾਇਦਾ ਹੁੰਦਾ ਹੈ ਕਿ ਮੈਨੂੰ ਨੀ ਪਤਾ ਸੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਵੇਲੇ ਜਿਹੜੀ ਇਹਨਾਂ ਨੇ ਗੱਲ ਦੱਸੀ ਹੈ ਕਿ ਇਹਨਾਂ ਨੇ ਮੁਸਲਿਮ ਲੀਗ ਨਾਲ ਰਲ ਕੇ ਸਰਕਾਰ ਬਣਾਈ। ਹਾਂ, ਇੰਨਾ ਕੁ ਸਾਡੇ ਵੇਲੇ ਜਿਹੜੀ ਗੱਲ ਹੋਈ ਹੈ ਮੁਫਤਾ ਮਹਿਬੂਬਾ ਮੁਫਤੀ ਦੇ ਨਾਲ ਤਾਂ ਮਿਲ ਕੇ ਇਹਨਾਂ ਨੇ ਸਰਕਾਰ ਬਣਾਈ ਸੀ, ਤੋ ਇੱਕ ਦੂਜੇ ਤੇ ਅਟੈਕ ਕਰਨ ਤੋਂ ਪਹਿਲਾਂ ਜਿਹੜੀ ਸੋਚ ਲੈਣਾ ਚਾਹੀਦਾ, ਲੇਕਿਨ ਇਹ ਚੱਲ ਹੈ। ਮੈਂ ਇੱਕ ਗੱਲ ਤੁਹਾਨੂੰ ਦੱਸੀ ਸੀ ਰਾਹੁਲ ਗਾਂਧੀ ਦੀ, ਰਾਹੁਲ ਗਾਂਧੀ ਲਗਾਤਾਰ ਮਿਹਨਤ ਕਰ ਰਹੇ ਨੇ। ਬਾਕੀ ਦੇਖੋ, ਜੇ ਤੁਸੀਂ ਕਹੋ ਵੀ ਉਹਨੇ ਜ਼ੋਰਦਾਰ ਢੰਗ ਨਾਲ ਝੂਠ ਨੂੰ ਸੱਚ ਕਰ ਦੇਣ, ਜਾਂ ਸੱਚ ਨੂੰ ਵੀ ਤਾਂ ਰਾਹੁਲ ਗਾਂਧੀ ਸਹੀ ਤਰੀਕੇ ਨਾਲ ਪ੍ਰਜੈਂਟ ਕਰਨ ਤੋਂ ਕਈ ਵਾਰੀ ਉੱਪਰ ਜਾਂਦਾ, ਤੇ ਕਿਉਂਕਿ ਜਿਵੇਂ ਮੋਦੀ ਸਾਹਿਬ ਬੋਲਦੇ ਨੇ ਉਸ ਤਰ੍ਹਾਂ ਦਾ ਬੁਲਾਰਾ ਤਾਂ ਨਹੀਂ ਹੈ, ਲੇਕਿਨ ਲੋਕਾਂ ਨੇ ਸੱਚ ਤਾਂ ਲੱਭਣਾ ਹੁੰਦਾ। ਇਹ ਗੱਲ ਸਹੀ ਹੈ ਕਿ ਕਹਿੰਦੇ ਜੀ ਬਹੁਤ ਵਧੀਆ ਘੋਸ਼ਣਾ ਪੱਤਰ ਹੈ, ਮੈਂ ਕਿਹਾ ਸੀ ਕਿ ਲੋਕਾਂ ਤੱਕ ਕਿਵੇਂ ਜਾਊਗਾ ਜੇ ਮੀਡੀਆ ਜਿਹੜਾ ਟੀਲਾ ਹੋ ਚੁੱਕਿਆ ਹੈ ਉਹ ਕੋਈ ਪਾਸੇ ਦਿਖਦਾ ਹੈ, ਇਹ ਨਹੀਂ ਲੋਕਾਂ ਤੱਕ ਲੈ ਕੇ ਜਾਂਦਾ ਤਾਂ। ਪਰ ਫਿਰ ਇੱਕ ਹੌਸਲੇ ਵਾਲੀ ਗੱਲ ਇਹ ਹੋਈ, ਕੱਲ ਮੈਂ ਸੋਸ਼ਲ ਮੀਡੀਆ ਤੇ ਸੁਣ ਰਿਹਾ ਸੀ ਇੱਕ ਯੂਟਿਊਬਰ ਨੂੰ, ਕਹਿੰਦਾ ਇੱਕ ਮਹੀਨੇ ਚ 38 ਕਰੋੜ ਜਿਹੜੇ ਵਿਊਜ਼ ਹੋਏ ਨੇ, ਜਿੰਨੇ ਵੀ ਵੋਟਾਂ ਪੈਂਦੀਆਂ ਨੇ ਕਿਤੇ ਜ਼ਿਆਦਾ ਸਾਡੇ ਕੋਲ
ਵਿਊਜ਼ ਹੁੰਦੇ ਨੇ ਤੇ ਇੱਕ ਯੂਟਿਊਬਰ 1 ਕਰੋੜ ਤੇ ਪਹੁੰਚ ਗਿਆ ਜਿਹੜਾ ਬਿਲਕੁਲ ਐਕਸਪੋਜ਼ ਕਰਦਾ ਤੇ ਮੈਨੂੰ ਲੱਗਦਾ ਕਿ ਮੇਨ ਸਟ੍ਰੀਮ ਮੀਡੀਆ ਦਾ ਮੁਕਾਬਲਾ ਹੁਣ ਜਿਹੜਾ ਹੈ ਇਹ ਮੀਡੀਆ ਸੋਸ਼ਲ ਮੀਡੀਆ ਕਰਨ ਲੱਗਿਆ ਹੈ ਜਿਹਤੇ ਹਾਲੇ ਤੱਕ ਕੰਟਰੋਲ ਨਹੀਂ ਹੋਇਆ ਉਹ ਲੋਕਾਂ ਤੱਕ ਗੱਲ ਲੈ ਕੇ ਜਾਂਦਾ ਅਸੀਂ ਵੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਦੇਖਦੇ ਹਾਂ ਰਾਹੁਲ ਗਾਂਧੀ ਦਾ ਹੈਲੀਕਾਪਟਰ ਤੇ ਜਹਾਜ਼ ਦਾ ਜਿਹੜਾ ਹੈਲੀਕਾਪਟਰ ਚ ਗਿਆ ਸੀ ਨਾ ਮੱਧ ਪ੍ਰਦੇਸ਼ ਤੇ ਉੱਥੇ ਮੰਡਲਾ ਤੇ ਸ਼ਾਹਡੋਲ ਚ ਸੀ ਜਦੋਂ ਫਿਊਲ ਹੀ ਖਤਮ ਹੋ ਗਿਆ ਵਾਪਸ ਆਉਣਾ ਸੀ ਉੱਥੇ ਰਹਿਣਾ ਪਿਆ ਇਹ ਸਾਰੀ ਗੱਲ ਕਰਦੇ ਹਾਂ ਲੇਕਿਨ ਇੱਕ ਬ੍ਰੇਕ ਤੋਂ ਬਾਅਦ ਹੁਣ ਲੈਂਦੇ ਹਾਂ ਬ੍ਰੇਕ ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। अब आप चढ़दी कला टाइम टीवी देख सकते हैं डीडी फ्री डिश एमबैक 4 पर। देखने के लिए आप अपने सेटअप बॉक्स को ऑटो स्कैन करें। कैसे करना है आइए आपको बताते हैं। सबसे पहले डीडी फ्री डिश एमबैक 4 के सेटअप बॉक्स के रिमोट का मेन्यू बटन दबाएं, फिर डिलीट ऑल पर जाकर ओके करें। उसके बाद इनपुट पासवर्ड भरें 0000 यानी कि 4 बार 0। अब यस पर जाएं और ओके के लिए नीला बटन दबाएं। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਲ। ਬ੍ਰੇਕ ਦੇ ਜਾਣ ਵੇਲੇ ਮੈਂ ਦੱਸ ਰਿਹਾ ਸੀ ਕਿ ਰਾਹੁਲ ਗਾਂਧੀ ਲੱਗਿਆ ਹੋਇਆ ਕਾਂਗਰਸ ਪਾਰਟੀ ਵੱਲੋਂ ਆਪਣਾ ਮੈਨੀਫੈਸਟੋ ਲੋਕਾਂ ਤੱਕ ਪਹੁੰਚਾਉਣ ਲਈ। ਕੱਲ ਮੱਧ ਪ੍ਰਦੇਸ਼ ਦੇ ਮੰਡਲਾ ਤੇ ਸ਼ਾਹਡੋਲ ਚ ਸੀ, ਉੱਥੇ ਬੜੇ ਜ਼ੋਰਦਾਰ ਢੰਗ ਨਾਲ ਉੱਥੋਂ ਦੇ ਲੋਕਾਂ ਨੂੰ ਕਿਹਾ, ਕਿਉਂਕਿ ਆਦਿਵਾਸੀ ਉੱਥੇ ਹੈ, ਕਿ ਆਦਿਵਾਸੀ ਹੀ ਦੇਸ਼ ਦੇ ਪਹਿਲੇ ਮਾਲਕ ਨੇ। ਇਹ ਇੱਕ ਦੇਸ਼ ਚ ਹੁੰਦਾ, ਜੇ ਕੈਨੇਡਾ ਜਾਈਏ ਉੱਥੇ ਵੀ ਨੇਟੇ ਕਹਿੰਦੇ ਨੇ ਕਿ ਨੇਟੇ ਇੱਥੋਂ ਦੇ ਮਾਲਕ ਨੇ। ਅਮਰੀਕਾ ਚ ਰੈੱਡ ਇੰਡੀਅਨ ਜਿਹੜੇ ਨੇ, ਖੈਰ ਸਾਡੇ ਵੀ ਉਹਨਾਂ ਨੇ ਇਹ ਗੱਲ ਕਹੀ। ਲੇਕਿਨ ਜਿਹੜੀ ਗੱਲ ਜ਼ਿਆਦਾ ਇੰਪੋਰਟੈਂਟ ਹੈ ਉਹ ਇਹ ਹੈ ਕਿ ਸਾਰੀਆਂ ਗੱਲਾਂ ਆਪਣੇ ਮੈਨੀਫੈਸਟੋ ਦੀਆਂ ਵੀ ਕਰਜ਼ਾ ਮਾਫ ਕਰ ਦੇਣਾ ਕਿਸਾਨਾਂ ਦਾ, ਟੋਟਲੀ ਕਾਨੂੰਨੀ ਗਰੰਟੀ ਦੇ ਦੇਣੀ ਹੈ MSP ਨੂੰ ਜੇ ਸਾਡੀ ਸਰਕਾਰ ਆਉਂਦੀ ਹੈ। ਮਹਾਲਕਸ਼ਮੀ ਯੋਜਨਾ ਕਰਾਂਗੇ ਲਾਗੂ ਤੇ 1 ਲੱਖ ਰੁਪਇਆ ਦੇਵਾਂਗੇ ਹਰ ਇੱਕ ਔਰਤ ਨੂੰ ਸਾਲ ਦਾ। ਅਗਨੀਵੀਰ ਖਤਮ ਕਰ ਦਾਂਗੇ, ਜੋ ਇਹਦੇ ਨਾਲ ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਨੇ, 4 ਸਾਲ ਚ ਬੰਦੇ ਨੂੰ ਰਿਟਾਇਰ ਕਰਕੇ ਘਰੇ ਬਿਠਾ ਦਿਓ। ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਰਹਿਣ ਦੇਣੀ। ਜਿਹੜੀਆਂ 30 ਲੱਖ ਸਰਕਾਰੀ ਨੌਕਰੀਆਂ ਪਈਆਂ ਨੇ ਉਹ ਭੁੱਕੀਆਂ ਕਰਾਂਗੇ, ਮਤਲਬ ਕਿ ਉਸ ਤਰ੍ਹਾਂ ਨਹੀਂ, ਜੁਮਲੇ ਨਹੀਂ ਲੱਗਦੇ, ਕਿਉਂਕਿ ਵੀ ਅਸੀਂ 2 ਕਰੋੜ ਨੌਕਰੀਆਂ ਇਸ ਸਾਲ ਦੇਵਾਂਗੇ, ਕਿੱਥੇ ਨੇ? ਫਿਰ ਪਕੌੜੇ ਤੁਹਾਨੂੰ ਵੀ ਨੌਕਰੀ ਕਹਿ ਦਿਓ, ਜਿਵੇਂ ਅਮਿਤ ਸ਼ਾਹ ਨੇ ਕਹਿ ਦਿੱਤਾ ਸੀ 15 ਲੱਖ ਜੁਮਲਾ ਹੀ ਹੁੰਦਾ, ਉਸ ਤਰ੍ਹਾਂ ਦੇ। ਖੈਰ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਸਭ ਦੇ ਲੋਕਾਂ ਤੱਕ ਜਾਣ ਦੀ। ਤੇ ਦੂਜੇ ਪਾਸੇ ਜਿਹੜੀ ਖਬਰ ਬਣੀ ਕਿ ਕਾਂਗਰਸ ਕੋਲ ਇੰਨਾ ਕੁ ਵੀ ਪੈਸਾ ਨਹੀਂ ਹੈ ਕਿ ਜਿਵੇਂ ਆਪਾਂ ਕਹਿੰਦੇ ਹਾਂ ਵੀ ਕਾਰ ਚ ਪੈਟਰੋਲ ਖਤਮ ਹੋ ਗਿਆ, ਹੈਲੀਕਾਪਟਰ ਚੋਂ ਵੀ ਖਤਮ ਹੋ ਗਿਆ ਫਿਊਲ। ਪਹਿਲੇ ਇਹ ਹੋਇਆ ਜਦੋਂ ਉੱਥੋਂ ਵਾਪਸ ਆਉਣਾ ਸੀ, ਪਤਾ ਲੱਗਿਆ ਜੀ ਫਿਊਲ ਹੀ ਨਹੀਂ ਹੈ, ਤੇ ਜਾਂ ਰਸਤੇ ਖਤਮ ਹੋ ਜਾਊਗਾ ਉੱਤੇ ਕੀ ਕਰੋਗੇ, ਕਾਰ ਚ ਤਾਂ ਧੱਕਾ ਵੀ ਲਾ ਲਓਗੇ, ਤੋ ਹੈਲੀਕਾਪਟਰ ਉੱਥੇ ਛੱਡਿਆ। ਫਿਰ ਇੱਕ ਢਾਬੇ ਤੇ ਗਏ, ਰੋਟੀ ਖਾਧੀ, ਚਲੋ ਇੱਥੇ ਰਾਤ ਸ਼ਾਹਡੋਲ ਦੇ ਵਿੱਚ ਹੋਟਲ ਲੱਭਿਆ, ਉਹਦੇ ਚ ਰਾਤ ਰਹਿਣ ਦੀ ਗੱਲ ਹੋਈ। ਤੇ ਉਹ ਜਿਹੜਾ ਮੱਧ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਜੀਤੂ ਪਟਵਾਰੀ ਹੈ, ਉਹਨੇ ਮੀਡੀਆ ਨੂੰ ਦੱਸਿਆ, ਕਹਿੰਦਾ ਭਾਈ ਅਸੀਂ ਬੰਦਾ ਭੇਜਿਆ
ਹੁਣ ਜਿਹੜਾ ਹੈ ਭੋਪਾਲ ਤੋਂ ਫਿਊਲ ਆਊਗਾ, ਫਿਰ ਇਹ ਚ ਪਾ ਕੇ ਤੇ ਫਿਰ ਜਾਣਗੇ। ਤੇ ਦੂਜੇ ਪਾਸੇ ਮੌਕਾ ਮਿਲ ਗਿਆ ਸ਼ਿਵਰਾਜ ਵਰਗਿਆਂ ਨੂੰ, ਕਹਿੰਦੇ ਅਸੀਂ ਤਾਂ ਪਹਿਲੇ ਹੀ ਕਹਿੰਦੇ ਹਾਂ ਕਿ ਕਾਂਗਰਸ ਦਾ ਫਿਊਲ ਖਤਮ ਹੋਇਆ ਹੋਇਆ, ਇਹਨਾਂ ਨੇ ਦੇਸ਼ ਕੀ ਕਰ ਲਿਆ, ਮੌਕਾ ਮਿਲ ਗਿਆ ਵੀ। ਖੈਰ ਹੁਣ ਇੱਕ ਮੌਕਾ ਹੋਰ ਹੈ ਤੁਹਾਡੇ ਕੋਲ ਚੁਣਨ ਦਾ, ਪਰ ਤੁਸੀਂ ਕਰੋਗੇ ਕੀ, ਵੋਟਰ ਕਰੇ ਕੀ? ਵੋਟਰ ਤਾਂ ਵਿਚਾਰਾ ਬਣਾ ਤਾ ਸਾਰੇ, ਮਤਲਬ ਮੈਨੂੰ ਕਿਸੇ ਨੇ ਪੁੱਛਿਆ, ਮੈਂ ਕਿਹਾ ਭਾਈ ਕਹਿੰਦੇ ਜੀ ਸਾਰੇ ਬੇਈਮਾਨ, ਮੈਂ ਘੱਟ ਬੇਈਮਾਨ ਲੱਭ ਲਓ ਭਾਈ, ਫਿਰ ਹੁਣ ਅਪਰਾਧੀ ਹੈ ਘੱਟ ਅਪਰਾਧੀ ਲੱਭ ਲਓ, ਹੋਰ ਕੀ ਕਰ ਸਕਦੇ? ਇਹੀ ਹੈ ਜਿਹਦੇ ਘੱਟ ਕੇਸ ਹੋਏ ਨੇ, ਜਿਹਦੇ ਜਿਹੜੇ ਕਤਲ ਨਹੀਂ ਕੀਤਾ ਤਾਂ ਦੂਜੇ ਪਾਸੇ ਜਿਹੜਾ ਕਤਲ ਦੀ ਕੋਸ਼ਿਸ਼ ਹੈ ਨਾ ਉਹਨੂੰ ਪਾ ਦਿਓ। ਖੈਰ ਹੁਣ ਜਿਹੜੀ ਇਹ ਗੱਲ EDR ਦੀ ਹੋ ਰਹੀ ਹੈ, EDR ਨੇ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫੋਰਮਸ ਨੇ ਇੱਕ ਜਿਹੜਾ ਡਾਟਾ ਜਾਰੀ ਕੀਤਾ, ਇੱਕ ਵਿਸ਼ਲੇਸ਼ਣ ਜਾਰੀ ਕੀਤਾ। ਕੋਈ ਇਹ ਨਹੀਂ ਕਿ ਖੋਜ ਹੁੰਦੀ ਹੈ, ਹਾਂ ਮਿਹਨਤ ਹੁੰਦੀ ਹੈ, ਜਦੋਂ ਨੋਮੀਨੇਸ਼ਨ ਹੁੰਦੀ ਹੈ ਉਹਦੇ ਚ ਜਿਹੜਾ ਕੁਛ ਭਰਦੇ ਨੇ ਕੈਂਡੀਡੇਟ ਉਹੀ ਦੱਸਣਾ ਹੁੰਦਾ, ਕਿੰਨਾ ਪੈਸਾ ਭਰਿਆ ਉਹਦੇ ਚ ਉਹਨੂੰ ਦੱਸਣਾ ਹੁੰਦਾ ਕਿ ਤੁਹਾਡੇ ਚ ਕੋਈ ਕੇਸ ਤਾਂ ਨੀ ਚੱਲਦਾ, ਕੋਈ ਕ੍ਰਿਮੀਨਲ ਕੇਸ ਨੀ, ਆਪ ਹੀ ਦੱਸਦੇ ਨੇ। ਤੇ ਜਿਹੜਾ ਉਹਨਾਂ ਨੇ ਆਪ ਦੱਸਿਆ ਪਹਿਲੇ ਪੜਾਅ ਦੀ ਆਪਾਂ ਗੱਲ ਕਰਦੇ ਹਾਂ, 19 ਅਪ੍ਰੈਲ ਨੂੰ ਜਿਹਦੇ ਚ ਵੋਟਾਂ ਪੈਣੀਆਂ ਨੇ, 102 ਸੀਟਾਂ ਤੇ ਵੋਟਾਂ ਪੈਣੀਆਂ ਨੇ, ਉਹਦੇ ਚ 42 ਸੀਟਾਂ ਐਸੀਆਂ ਨੇ ਜਿਹਦੇ 3 ਜਾਂ 3 ਤੋਂ ਵੱਧ ਜਿਹਨਾਂ ਦੇ ਅਪਰਾਧਕ ਮਾਮਲੇ ਚੱਲਦੇ ਨੇ ਨਾ ਉਹ ਖੜੇ ਨੇ ਉੱਥੇ ਉਮੀਦਵਾਰ ਨੇ, ਕਮਾਲ ਤਾਂ ਇਹ 1 ਨਹੀਂ 3 ਕੇਸ ਚੱਲਦੇ ਨੇ, ਤੇ ਕਈਆਂ ਦੇ ਕੇਸ ਤਾਂ ਜਿਹੜੇ ਮੈਂ ਦੱਸਿਆ ਗੰਭੀਰ ਨੇ, ਕਤਲ ਦੇ, ਕਤਲ ਦੀ ਕੋਸ਼ਿਸ਼ ਦੇ, ਜਬਰ ਜਨਾਹ ਦੇ, ਇਸ ਤਰ੍ਹਾਂ ਦੇ ਕੇਸ ਵੀ ਹੈਗੇ ਨੇ। ਤੇ ਇਹ EDR ਨੇ ਟੋਟਲ 1625 ਉਮੀਦਵਾਰ ਸੀ ਇੱਥੇ ਖੜੇ, 102 ਜਿਹੜੇ ਆ ਜਿਹੜੇ ਸੀਟਾਂ ਤੇ ਵੋਟਾਂ ਪੈਣੀਆਂ ਨੇ ਉਹਨਾਂ ਚ ਉਹਨਾਂ ਦਾ ਕੀਤਾ ਹੈ ਵਿਸ਼ਲੇਸ਼ਣ। ਇਹਨਾਂ ਚੋਂ 252 ਨੇ ਜਿਹਨਾਂ ਦੇ ਬਹੁਤ ਗੰਭੀਰ ਅਪਰਾਧਕ ਮਾਮਲੇ ਨੇ, ਤੇ ਉਹਨਾਂ ਚੋਂ ਜਿਹੜੇ 10% ਤਾਂ ਅਤੀ ਗੰਭੀਰ ਨੇ, ਜਿਹੜੀ 10% ਵਿੱਚ 161 ਇਹ ਹੈ, 7 ਤਾਂ ਐਸੇ ਨੇ ਜਿਹਨਾਂ ਦੇ ਕਤਲ ਦੇ ਕੇਸ ਚੱਲਦੇ ਨੇ, 19 ਐਸੇ ਨੇ ਜਿਹਨਾਂ ਦੇ ਕਤਲ ਦੀ ਕੋਸ਼ਿਸ਼ ਦੇ ਕੇਸ ਨੇ, 18 ਦੇ ਕੇਸ ਐਸੇ ਨੇ ਔਰਤਾਂ ਦੇ ਵਿਰੁੱਧ, ਔਰਤਾਂ ਵੋਟਾਂ ਪਾਉਣਗੀਆਂ ਉਹਨਾਂ ਨੂੰ ਇਹ ਹੋਰ ਦੇਖ ਲੈਣ, ਵਿਰੁੱਧ ਅਪਰਾਧ ਨੇ। ਤੇ ਫਿਰ ਇੱਕ ਤੇ ਤਾਂ ਐਸਾ ਕੇਸ ਹੈ ਧਾਰਾ 376 ਵਾਲਾ, ਮਤਲਬ ਕਿ ਜਬਰ ਜਨਾਹ ਦਾ ਕੇਸ ਵੀ ਹੈ, ਉਹ ਵੋਟਰ ਉਹ ਖੜਾ ਹੈ, ਇਹ ਵੀ ਦੇਖੋ ਤੁਸੀਂ। ਨਹੀਂ 42 ਸੀਟਾਂ ਐਸੀਆਂ ਨੇ ਜਿਹਦੇ ਉਹਨਾਂ ਨੇ ਜਿਹਨਾਂ ਨੂੰ ਰੈਡ ਅਲਰਟ ਕਿਹਾ। ਤੇ ਜੇ ਆਪਾਂ ਪਾਰਟੀਆਂ ਨੇ ਦੇਖੀਏ, ਉੱਥੇ 4 ਸੀਟਾਂ ਨੇ RJD ਦੀਆਂ, ਜਿਹੜੇ ਪਹਿਲੇ ਪੜਾਅ ਚ ਲੜ ਰਹੇ ਨੇ, ਰਾਸ਼ਟਰੀ ਜਨਤਾ ਦਲ ਲਾਲੂ ਵਾਲੀ, ਚਾਰੇ ਉਮੀਦਵਾਰਾਂ ਤੇ ਕੇਸ ਚੱਲਦੇ ਨੇ। DMK ਦੇ ਨੇ 22, 22 ਚੋਂ 13 ਪਹਿਲੇ ਪੜਾਅ ਦੇ ਵਿੱਚ ਕ੍ਰਿਮੀਨਲ ਕੇਸਾਂ ਦਾ ਮੁਕਾਬਲਾ। ਸਮਾਜਵਾਦੀ 7 ਨੇ, 3 ਜਿਹਨਾਂ ਤੇ ਕੇਸ ਚੱਲ ਰਹੇ ਨੇ, TMC ਦੇ 5 ਚੋਂ 2, ਤੇ ਕਮਾਲ ਤਾਂ ਜਿਹੜੀ ਸਾਡੀ ਪਾਰਟੀ ਹੈ ਜਿਹਦੇ ਕੋਲ ਵਾਸ਼ਿੰਗ ਮਸ਼ੀਨ ਕਹਿੰਦੇ ਨੇ ਅੱਜ ਕੱਲ ਹੈਗੀ ਹੈ, ਉਹਦੇ ਚ 77 ਬੰਦੇ ਇਹਨਾਂ ਭਾਰਤੀ ਜਨਤਾ ਪਾਰਟੀ ਦੇ ਨੇ, ਉਹਨਾਂ ਚ 28 ਤੇ ਕੇਸ ਚੱਲਦੇ ਨੇ। ਕਾਂਗਰਸ ਦੇ 56 ਚੋਂ 19 ਕੋਈ ਵੀ ਨੀ, ਇਸ ਆਵਾਮ ਚ ਸਭ ਠੀਕ ਹੀ ਹੈ ਕੰਮ, ਤੇ ਕਮਾਲ ਹੈ ਇੱਥੇ ਫਿਰ ਪਹਿਲਾਂ ਹੀ ਨੀ ਪੈਸੇ ਵੀ ਦੱਸਦੇ ਨੇ ਤੇ ਕਿੰਨਾ ਉਹਨਾਂ ਨੇ ਆਪਦੀ ਇਨਕਮ ਉਹਨਾਂ ਨੇ ਡਿਕਲੇਅਰ ਕੀਤੀ ਹੈ। ਇਹ ਜੀ ਕਿ ਉਹ ਸਹੀ ਹੈ, ਮੈਂ ਵਾਰ ਵਾਰ ਕਹਿੰਦਾ ਸਹੀ ਨਹੀਂ ਹੁੰਦੀ ਜਿਹੜੀ ਡਿਕਲੇਅਰ ਕਰਦੇ ਨੇ। ਹੁਣ ਤੁਸੀਂ ਦੇਖੋ ਜਿਹੜਾ ਛਿੰਦਵਾੜਾ ਤੋਂ ਖੜਾ ਹੈ
ਨੁਕਲ ਨਾਥ ਇਹ ਕਮਲਨਾਥ ਦਾ ਮੁੰਡਾ ਹੈ ਤੇ ਕਮਲਨਾਥ ਇਹਨੇ 716 ਕਰੋੜ ਡਿਕਲੇਅਰ ਕੀਤੀ ਹੈ ਆਪਣੀ ਇਨਕਮ 716 ਕਰੋੜ। ਵੈਸੇ ਆ ਜਿਹੜੇ ਹੈਲੀਕਾਪਟਰ ਦੀ ਮੈਂ ਗੱਲ ਕੀਤੀ ਹੈ ਪੈਸਾ ਤਾਂ ਇਹਦੇ ਚ ਬਹੁਤ ਹੈ, ਕਮਲਨਾਥ ਦੀ ਤਾਂ ਇਹੀ ਕੰਪਨੀ ਹੈ, ਬੜਾ ਪੈਸਾ ਕਮਾਉਂਦਾ ਇਹਦੇ ਚ ਤੇ ਇਹਦਾ ਮੁੰਡਾ ਹੈ। ਹੁਣ ਇਹ ਸਿਆਸਤ ਜਿਹੜੀ ਹੈ ਇਹ ਕਰ ਰਹੇ ਨੇ ਤੇ ਇਸ ਤਰ੍ਹਾਂ ਹੀ ਜਿਹੜਾ ਤਾਮਿਲਨਾਡੂ ਤੋਂ ਖੜਾ ਹੈ ਭਾਰਤੀ ਜਨਤਾ ਪਾਰਟੀ ਦਾ ਦੇਵਨਾਥ ਯਾਦਵ ਉਹਦੇ ਕੋਲ 304 ਕਰੋੜ ਹੈ। ਜਿਹੜੀ ਸਾਰੇ ਕਰੋੜਪਤੀ ਨੇ ਲਗਭਗ ਜਾਣੀ ਇਹਨਾਂ ਦੀ ਐਵਰੇਜ ਜਿਹੜੀ ਹੈ 4.51 ਕਰੋੜ, 4.5 ਕਰੋੜ ਐਵਰੇਜ ਕੱਢਣੀ ਹੈ ਜੇ ਉਹ ਗਰੀਬੀ ਵਾਲੀ ਗੱਲ ਖਤਮ ਹੈ। ਹੁਣ ਸੋਚ ਵੀ ਨਹੀਂ ਸਕਦੇ ਕਿ ਕੋਈ ਗਰੀਬ ਲੜ ਵੀ ਸਕਦਾ ਚੋਣ। ਖੈਰ ਆਪਾਂ ਅੱਜ ਦੀ ਹੋਰ ਖਬਰ ਬਣ ਸਕਦੀ ਹੈ ਜੇ ਫੈਸਲਾ ਕੇਜਰੀਵਾਲ ਦੇ ਹੱਕ ਚ ਆਉਂਦਾ। ਅਰਵਿੰਦ ਕੇਜਰੀਵਾਲ ਨੇ ਹਾਈਕੋਰਟ ਚ ਪਾਈ ਸੀ ਪਟੀਸ਼ਨ ਜਿਹ ਚ ਕਿਹਾ ਸੀ ਕਿ ਮੈਨੂੰ ਦਿਓ ਜ਼ਮਾਨਤ, ਗਲਤ ਰਿਮਾਂਡ ਤੇ ਮੈਨੂੰ ਭੇਜਿਆ। ਕੋਰਟ ਨੇ ਫੈਸਲਾ ਰੱਖ ਲਿਆ ਸੀ ਰਾਖਵਾਂ ਤੇ ਅੱਜ ਉਹਦਾ ਕਰਨਾ ਫੈਸਲਾ ਦੇਣਾ ਕੋਰਟ ਨੇ। ਦੇਖੋ ਹੁਣ ਕੀ ਜਿਹੜਾ ਹੈ ਫੈਸਲਾ ਦਿੱਤਾ ਜਾਂਦਾ ਕਿ ਜ਼ਮਾਨਤ ਹੁੰਦੀ ਹੈ ਜਾਂ ਨਹੀਂ ਹੁੰਦੀ। ਲੇਕਿਨ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਹੁਣ ਕੈਸ਼ ਕਰਾਉਣਾ ਜ਼ਰੂਰ ਸ਼ੁਰੂ ਕਰਤਾ ਕੇਜਰੀਵਾਲ ਦੀਆਂ ਲਾ ਕੇ ਫੋਟੋਆਂ ਤੇ ਲਗਾਤਾਰ ਫਿਰ ਜਿਹੜਾ ਇਹ ਕੰਪੇਨ ਚਲਾਈ ਹੈ। ਵੈਸੇ ਇੱਕ ਗੱਲ ਪਿਆਰੇ ਦਰਸ਼ਕੋ ਤੁਹਾਡੇ ਦਿਮਾਗ ਚ ਨਹੀਂ ਆਉਂਦੀ ਕਿ ਜਿਹੜਾ ਇਹਨਾਂ ਦਾ ਦੁਰਗੇਸ਼ ਪਾਠਕ ਹੈ ਉਹ ਵੀ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਹੈ ਤੇ ਸੰਜੇ ਸਿੰਘ ਜਮਾਨਤ ਤੇ ਉਹ ਵੀ ਰਾਜ ਸਭਾ ਦਾ ਮੈਂਬਰ ਹੈ। ਇਹ ਦੋਨੇ ਬੋਲ ਰਹੇ ਨੇ, ਹੋਰ ਕੋਈ ਕਿਉਂ ਨੀ ਬੋਲ ਰਿਹਾ ਇਹਨਾਂ ਚੋਂ? ਇਹਦੇ ਲਈ ਕਿੰਨੇ ਬੰਦੇ ਰਾਜ ਸਭਾ ਚ ਪੰਜਾਬ ਦਾ ਧੱਕਾ ਕਰਕੇ ਭੇਜੇ? ਸ਼ੋਕ ਮਿੱਤਰ ਨੇ ਕੋਈ ਲਫ਼ਜ਼ ਕਿਹਾ ਤੁਸੀਂ ਕਦੇ ਸੁਣਿਆ ਤਾਂ ਬਲਕਿ ਮੈਨੂੰ ਤੁਸੀਂ ਇਹਦੇ ਯੂਟਿਊਬ ਤੇ ਕਮੈਂਟ ਬਾਕਸ ਤੇ ਲਿਖ ਦਿਓ। ਜੇ ਅਸ਼ੋਕ ਮਿੱਤਲ ਜਾਂ ਅਰੋੜਾ ਨੇ, ਈਵਨ ਬਿਕਰਮਜੀਤ ਸਾਹਨੀ ਨੇ, ਸੰਤ ਜੀ ਜਿਹੜੇ ਨੇ ਉਹਨਾਂ ਨੇ ਕਿਸੇ ਨੇ ਕੋਈ ਗੱਲ ਹੀ ਕਹੀ? ਮੇਰੇ ਸੱਤਾਂ ਚੋਂ ਦੋ ਹੀ ਬੋਲ ਰਹੇ ਨੇ, ਪੰਜ ਤਾਂ ਚੁੱਪ ਹੀ ਬੈਠੇ ਨੇ, ਇੱਕ ਚੁੱਪ ਸੌ ਸੁੱਖ। ਕਾਰਨ ਕੀ ਹੈ ਇਹ ਸੋਚਣ ਵਾਲੀ ਗੱਲ ਹੈ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜੇਲ੍ਹ ਦਾ ਜਵਾਬ ਬੋਰਡਰ ਨਾਲ ਦੇਣ ਵਾਲਾ ਸਲੋਗਨ ਜ਼ਰੂਰ ਦੇਤਾ ਥਾਂ ਥਾਂ ਤੇ। ਇਹਨਾਂ ਨੇ ਤਾਂ ਫੋਟੋ ਵੀ ਨਹੀਂ ਲਾਈ ਇਹਨਾਂ ਦਾ, ਤੁਸੀਂ ਜਾਓ ਨਾ ਹਰਭਜਨ ਸਿੰਘ ਦਾ ਜੇ ਜਾ ਕੇ ਦੇਖੋ ਅਕਾਊਂਟ ਤੇ, ਤੇ ਉੱਥੇ ਇਹਨਾਂ ਨੇ ਕਿਹਾ ਸੀ ਨਾ ਸਾਰੇ ਕੇਜਰੀਵਾਲ ਦੀ ਫੋਟੋ ਲਾਓ ਜੇਲ੍ਹ ਚ ਬੈਠੇ ਦੀ ਜਲ ਸਿੱਖਾਂ ਦੇ ਪਿੱਛੇ, ਨਹੀਂ ਲਾਈ। ਖੈਰ ਤੇ ਹੁਣ ਸਲੋਗਨ ਹੈ ਉਹ ਦੇਖਦੇ ਹਾਂ ਕਿ ਇਹ ਕੱਲ ਸੰਦੀਪ ਪਾਠ ਇਹ ਕਹਿ ਰਿਹਾ ਸੀ ਕਿ ਜੀ ਅਸੀਂ ਇਹਨੂੰ ਅੰਦੋਲਨ ਬਣਾ ਦੇਣਾ, ਲੱਗੇ ਤਾਂ ਹੋਏ ਨੇ ਵੀ ਇਹਦੇ ਚ ਕੋਈ ਦੋਰਾਵਾ ਨਹੀਂ। ਕੱਲ ਕੁਰਕਸ਼ੇਤਰਾ ਦੇ ਵਿੱਚ ਵੀ ਕੱਠਪੁੱਠ ਜਾ ਕਾਫੀ ਕਰ ਲਿਆ ਸੀ। ਮਾਨ ਸਾਹਿਬ ਜਦੋਂ ਗਏ ਸੀ ਉੱਥੇ ਸੁਸ਼ੀਲ ਗੁਪਤਾ ਦੇ ਹੱਕ ਚ ਰੋਡ ਸ਼ੋਅ ਕੀਤਾ ਹੈ, ਵਾਹਵਾ ਕੱਠਪੁੱਟ ਕੀਤਾ ਉੱਥੇ, ਤਿੱਖੇ ਹਮਲੇ ਵੀ ਕੀਤੇ ਨੇ, ਸੰਵਿਧਾਨ ਵੀ ਖਤਰੇ ਚ, ਲੋਕਤੰਤਰ ਵੀ ਖਤਰੇ ਚ, ਕਈ ਗੱਲਾਂ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਉਹ ਤਾਂ ਖਤਰੇ ਚ, ਜਿਹੜੀਆਂ ਹਰ ਇੱਕ ਪਾਰਟੀ ਵਾਲੇ ਜਿਹੜੇ ਲੀਡਰ ਵਿਰੋਧੀ ਲੀਡਰ ਨੇ ਉਹ ਕਹਿ ਰਹੇ ਨੇ। ਕੱਲ ਮਾਨ ਸਾਹਿਬ ਵੀ ਇਹੀ ਕਹਿ ਰਹੇ ਸੀ, ਮਤਲਬ ਕਿ ਭਾਵੇਂ ਕੇਜਰੀਵਾਲ ਜੇਲ੍ਹ ਦੇ ਵਿੱਚ ਹੈ ਤੇ ਲੇਕਿਨ ਜਿਹੜਾ ਹੈ ਇਹਨਾਂ ਦੀ ਮੁਹਿੰਮ ਤੇਜ਼ ਹੋ ਰਹੀ ਹੈ। ਹਾਂ ਇੱਕ ਗੱਲ ਜ਼ਰੂਰ ਹੈ, ਜਿਵੇਂ ਜਦੋਂ ਦਾ ਸੰਜੇ ਸਿੰਘ ਦਿੱਲੀ ਵਾਲਾ ਦਾ ਵਿਰੋਧ ਹੈ ਗ੍ਰਿਫਤਾਰੀ ਦੇ ਖਿਲਾਫ, ਪੰਜਾਬ ਉਹਨਾਂ ਵੀ, ਮੈਂ ਤਾਂ ਪੰਜਾਬ ਬਾਰੇ ਰਾਘਵ ਚੱਡਾ ਮੈਂ ਜਦੋਂ ਤੁਹਾਨੂੰ ਦੱਸ ਰਿਹਾ ਸੀ ਕਿਹੜੇ ਕਿਹੜੇ ਰਾਜ ਸਭਾ ਦੇ ਮੈਂਬਰ ਬੋਲ ਰਹੇ ਨੇ, ਉਹਨੇ ਸ਼ਾਇਦ ਇੱਕ ਅੱਧਾ ਟਵੀਟ ਕੀਤਾ ਹੈ
ਮੈਂ ਕੱਲ ਤੁਹਾਨੂੰ ਦੱਸਿਆ ਸੀ ਮੈਡੀਕਲ ਟੂਰਿਜ਼ਮ ਚ ਬਾਹਰੋਂ ਲੋਕ ਇੱਧਰ ਆ ਕੇ ਕਰਾ ਰਹੇ ਨੇ, ਕੀ ਉਹ ਸਿਰਫ ਅੱਖਾਂ ਦੇ ਕਾਰਨ ਹੀ ਇੰਗਲੈਂਡ ਚ ਗਏ? ਲੋਕ ਤਾਂ ਅੱਖਾਂ ਵਾਲੇ ਇੱਧਰ ਆ ਰਹੇ ਨੇ ਠੀਕ ਜਿਹੜਾ ਆਪਰੇਸ਼ਨ ਕਰਾਉਣ, ਤੇ ਕਾਰਨ ਕੋਈ ਹੋਰ ਵੀ ਹੋ ਸਕਦਾ, ਇਹ ਵੀ ਸੋਚਣ ਵਾਲੀ ਗੱਲ ਹੈ। ਵੈਸੇ ਸੁਦੀਪ ਪਾਠਕ ਤਾਂ ਬੋਲ ਰਿਹਾ, ਦੁਰਗੇਸ਼ ਪਾਠਕ ਨੂੰ ਬੋਲੋ ਤੋਂ ਬੰਦ ਕਰਾਉਣ ਦੀ ਕੋਸ਼ਿਸ਼ ਹੈ। ਕੱਲ ਦੁਰਗੇਸ਼ ਪਾਠਕ ਨੂੰ ਤੇ ਕਿਸੇ ਟਾਈਮ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਜਦੋਂ ਪਾਰਟੀ ਬਣੀ ਸੀ, ਇਹਨਾਂ ਚ ਪੰਜਾਬ ਚ ਡਿਊਟੀ ਹੁੰਦੀ ਸੀ, ਬਾਬਾ ਪੁੱਠੇ ਸਿੱਧੇ ਇਲਜ਼ਾਮ ਲੱਗੇ ਸੀ ਦੁਰਗੇਸ਼ ਤੇ, ਤੇ ਉਹ ਹੁਣ ਕੱਲ ਜਿਹੜਾ ਹੈ ਉਹਨੂੰ ਬੁਲਾ ਲਿਆ ਈਡੀ ਨੇ, ਪੁੱਛਗਿੱਛ ਕੀਤੀ ਹੈ, 6 ਘੰਟੇ ਪੁੱਛਗਿੱਛ ਕੀਤੀ ਹੈ। ਔਰ ਇਹ ਗੱਲ ਤੁਹਾਡੇ ਯਾਦ ਹੈ ਨਾ ਜਿਹੜਾ ਆਸੀ ਸਿੰਘ ਨੇ ਕਿਹਾ ਸੀ ਕਿ ਮੈਨੂੰ ਮੇਰੇ ਸੂਤਰਾਂ ਨੇ ਦੱਸਿਆ ਕਿ ਹੁਣ ਮੈਨੂੰ ਸੌਰਵ ਭਾਰਦਵਾਜ ਨੂੰ, ਰਾਘਵ ਚੱਡਾ ਤੇ ਦੁਰਗੇਸ਼ ਪਾਠਕ ਨੂੰ ਫੜਨਗੇ, ਤੇ ਕਿਤੇ ਉਹੀ ਤਾਂ ਨੀ ਗੱਲ ਹੈ? ਦੁਰਗੇਸ਼ ਪਾਠਕ ਤੋਂ ਪੁੱਛਗਿੱਛ ਹੋਈ ਹੈ, ਕੇਜਰੀਵਾਲ, ਸਿਸੋਦੀਆ ਤੇ ਸੰਜੇ ਸਿੰਘ ਤੋਂ ਬਾਅਦ ਕਿਤੇ ਦੁਰਗੇਸ਼ ਦਾ ਨੰਬਰ ਤਾਂ ਨਹੀਂ? ਇਹ ਵੀ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਦੁਰਗੇਸ਼ ਪਾਠਕ ਜੋ ਜਿੱਥੇ 45 ਕਰੋੜ ਖਰਚਣ ਦਾ ਗੋਆ ਦੀ ਇਲੈਕਸ਼ਨ ਚ ਦੋਸ਼ ਲਾਇਆ ਹੋਇਆ ਨਾ ਸਾਰੇ ਕੇਸ ਦੇ ਵਿੱਚ, ਉਸ ਵੇਲੇ ਗੋਆ ਦਾ ਇੰਚਾਰਜ ਦੁਰਗੇਸ਼ ਪਾਠਕ ਸੀ, ਇਸ ਕਰਕੇ ਉਹਨੂੰ ਖੈਰ ਕੇਜਰੀਵਾਲ ਦਾ ਹੋਰ ਪਾਸੇ ਵੀ ਘੇਰਿਆ, ਉਹਦੇ ਪੀਏ ਵੈਭਵ ਕੁਮਾਰ ਨੂੰ ਵੀ ਪੀਜੀ ਨੇ ਬੁਲਾ ਲਿਆ। ਤੋ ਇਸ ਤਰ੍ਹਾਂ ਦਾ ਇਹਨਾਂ ਨਾਲ ਸੰਬੰਧਿਤ ਹੋਰ ਵੀ ਖਬਰ, ਕੇਕ ਹਫ਼ਤਾ ਉਹਨੂੰ ਜਮਾਨਤ ਨਹੀਂ ਮਿਲੀ, ਉਹ ਗਈ ਸੀ ਰੋਜ ਐਵਰੀ ਕੋਰਟ ਦੇ ਵਿੱਚ, ਕਹਿੰਦੀ ਮੇਰਾ 16 ਸਾਲ ਦਾ ਬੱਚਾ ਹੈ, ਉਹਦੇ ਪੇਪਰ ਆ ਗਏ ਸਿਰ ਤੇ, ਮੈਨੂੰ ਮੇਰੇ ਬਿਨਾਂ ਉਹ ਪੇਪਰ ਕਿਵੇਂ ਦਿਓ? ਤੇ ਲੇਕਿਨ ਕੋਰਟ ਨਹੀਂ ਮੰਨੀ ਉਹਦੀ ਗੱਲ, ਕੋਰਟ ਨੇ ਤਾਂ ਸੁਪਰੀਮ ਕੋਰਟ ਨੇ ਤਾਂ ਸੰਜੇ ਸਿੰਘ ਦੀ ਵੀ ਗੱਲ ਨਹੀਂ ਮੰਨੀ। ਸੰਜੇ ਸਿੰਘ ਨੇ ਜਿਹੜਾ ਕਿਹਾ ਸੀ ਨਾ ਮੋਦੀ ਸਾਹਿਬ ਦੀ ਡਿਗਰੀ ਨੂੰ ਚੈਲੰਜ ਕੀਤਾ ਸੀ ਦੋਨਾਂ ਨੇ, ਕੇਜਰੀਵਾਲ ਤੇ ਸੰਜੇ ਸਿੰਘ ਨੇ, ਉਸ ਕੇਸ ਦੇ ਵਿੱਚ ਜਿਹੜੇ ਮਾਨਹਾਨੀ ਜਿਹੜੀ ਡੈਫਾਮੇਸ਼ਨ, ਉਹ ਕੇਸ ਹੈ ਅਹਿਮਦਾਬਾਦ ਚ, ਕਹਿ ਜੀ ਮੈਂ ਪੇਸ਼ ਨਹੀਂ ਹੋਣਾ, ਨਹੀਂ ਕਹਿੰਦੇ ਪੇਸ਼ ਹੋਣਾ ਪਊ, ਤੁਹਾਡੇ ਯਾਦ ਹੋ। ਉਦੋਂ ਬਾਅਦ ਤਾਂ ਅਸਲ ਗੱਲ ਸ਼ੁਰੂ ਹੋਈ ਹੈ, ਜਿਹੜਾ ਇਹਨਾਂ ਨੇ ਚੌਥੀ ਪਾਸ ਰਾਜਾ ਪਰਸਨਲ ਜਦੋਂ ਮੋਦੀ ਸਾਹਿਬ ਤੇ ਅਟੈਕ ਕੀਤੇ ਨੇ ਉਦੋਂ ਦੀ ਗੱਲ। ਖੈਰ ਆਪਾਂ ਅਗਲੀ ਖਬਰ ਵੱਲ ਵਧੀਏ। ਅਗਲੀ ਖਬਰ ਜਿਹੜੀ ਹੈ ਇੱਕ ਅੱਜ ਦੀ ਖਬਰ ਹੈ ਜਿਹੜੀ ਤੁਹਾਨੂੰ ਕੱਲ੍ਹ ਅਖਬਾਰਾਂ ਚ ਮਿਲੂਗੀ, ਉਹ ਹੈ ਕਿ ਜਿਹੜਾ ਤਰਸੇਮ ਸਿੰਘ ਮਾਰਿਆ ਸੀ, ਜਿਹੜਾ ਤਰਸੇਮ ਸਿੰਘ ਮਾਰਿਆ ਸੀ ਨਾ ਬਾਬਾ ਜਿਹਦੇ ਤੇ ਇਲਜ਼ਾਮ ਸੀ ਕਿ ਇਹ ਪੁਸ਼ਕਰ ਸਿੰਘ ਧਾਬੀ ਨੂੰ ਬੁਲਾਇਆ ਸੀ, ਕੁੜੀਆਂ ਨੂੰ ਗੁਰੂ ਘਰ ਚ ਨਚਾਇਆ ਸੀ ਉਹਨੇ, ਤੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਕਾਫੀ ਨੇੜਤਾ ਸੀ। ਜਿਹੜੇ ਬੰਦਿਆਂ ਨੇ ਦੋਨਾਂ ਨੇ ਮਾਰਿਆ ਸੀ, ਜਿਹੜੀ ਤੁਸੀਂ ਸੀਸੀਟੀਵੀ ਦੇਖੀ, ਉਹਨਾਂ ਚੋਂ ਇੱਕ ਅਮਰਜੀਤ ਸਿੰਘ ਪੁਲਿਸ ਦੇ ਦਾਅਵਾ ਕੀਤਾ ਹੈ ਕਿ ਉਹਦਾ ਮੁਕਾਬਲਾ ਜਿਹੜਾ ਹੋ ਗਿਆ ਤੇ ਮਾਰਿਆ ਗਿਆ। ਐਸ ਟੀ ਐਫ ਤੇ ਹਰਿਦੁਆਰ ਦੀ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਉਸਨੂੰ ਮਾਰਤਾ। ਹੁਣ ਦੂਜਾ ਜਿਹਨੇ ਜ਼ਿੰਮੇਵਾਰੀ ਲਈ ਸੀ ਸਰਬਜੀਤ ਸਿੰਘ, ਤਰਨ ਤਾਰਨ ਦਾ ਜਿਹੜਾ ਰਹਿਣ ਵਾਲਾ ਹੈ, ਉਹੀ ਬਚ ਗਿਆ, ਬਾਕੀ ਉਹਨੂੰ ਜਿਹੜਾ ਹੈ ਮਾਰ ਦਿੱਤਾ ਗਿਆ। ਇੱਕ ਜਿਹੜੀ ਖਬਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਕਿ ਲਾਇਸੈਂਸ ਜਿਹੜੇ ਨੇ ਉਹ ਸਭ ਨੂੰ ਪੈ ਦਿੱਤਾ ਕਿ ਤੁਸੀਂ ਆਪਣੇ ਜਿਹੜੇ ਹਥਿਆਰ ਨੇ ਨਾ ਲਾਇਸੈਂਸ ਦਾ ਹਥਿਆਰ, ਉਹ ਸਾਰੇ ਜਮ੍ਹਾਂ ਕਰਾ ਦਿਓ। ਤੇ ਹੁਣ ਇੱਕ ਵਕੀਲ ਹੈ ਐਡਵੋਕੇਟ ਨਵਕਿਰਨ ਬਾਜਵਾ ਗੁਰਦਾਸਪੁਰ ਦਾ, ਉਹ ਚਲਿਆ ਗਿਆ ਹਾਈਕੋਰਟ ਚ। ਉਹ ਕਹਿੰਦੇ ਇੱਕ ਇਹੋ ਜਿਹਾ ਆਦੇਸ਼ ਹੈ ਜੀ ਇਹਨਾਂ ਦਾ ਡੀਸੀਆਂ ਦਾ, 1857 ਦੀ ਕ੍ਰਾਂਤੀ ਤੋਂ ਬਾਅਦ ਜੋ ਅੰਗਰੇਜ਼ਾਂ ਨੇ ਕੀਤੀ ਸੀ ਉਹ ਤਾਂ ਸਾਡੇ ਨਾਲ ਕਰ ਰਹੇ ਨੇ, ਉਸ ਤਰ੍ਹਾਂ ਦੀ ਕਾਰਵਾਈ ਹੈ ਤਾਂ ਵੀ ਸਾਰੇ ਜਿਹੜੇ ਜਮ੍ਹਾਂ ਕਰਾ ਦਿਓ, ਇਹ ਕੀ ਚੀਜ਼ ਹੈ? ਉਹ ਕਹਿੰਦੇ ਯੂਪੀ ਸਾਡੇ ਤਾਂ ਪੰਜਾਬ ਚ ਤਾਂ 4 ਲੱਖ ਹੀ ਨੇ ਸੰਸਦ ਜਿਹੜੇ ਹਥਿਆਰ ਲਾਇਸੈਂਸੀ ਹਥਿਆਰ, ਯੂਪੀ ਚ ਸਾਡੇ ਨਾਲ 3-4 ਗੁਣਾ ਵੱਧ ਨੇ।
ਉੱਥੇ ਕਮੇਟੀ ਬਣਾਈ ਆ, ਉਹ ਫੈਸਲਾ ਕਰਦੀ ਹੈ ਕਿ ਕਿਹਦਾ ਜਮ੍ਹਾਂ ਕਰਾਉਣਾ ਕਿਹਦਾ ਨਹੀਂ। ਤੇ ਉਹ ਫਿਰ ਜਿਹੜਾ ਐਡਵੋਕੇਟ ਡਾਕਟਰ ਬਾਜਵਾ ਦੀ ਜਿਹੜੀ ਪਟੀਸ਼ਨ ਤੇ ਹਾਈਕੋਰਟ ਨੇ ਨੋਟਿਸ ਜਾਰੀ ਕਰਤਾ ਪੰਜਾਬ ਸਰਕਾਰ ਨੂੰ, ਇਹਦਾ ਜਵਾਬ ਦਿਓ। ਤੇ ਵੈਸੇ ਗੱਲ ਤਾਂ ਇਹ ਹੈ ਕਿ ਜਿਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ, ਅਪਰਾਧਿਕ ਪਿਛੋਕੜ ਹੈ, ਜਾਂ ਕੋਈ ਮਤਲਬ ਇਹ ਕੋਈ ਖਾਸ ਕਾਰਨ ਦੇਖਦੀ ਹੈ ਪੁਲਿਸ, ਉਹ ਤੇ ਜਮ੍ਹਾਂ ਕਰਾਓ। ਹਰੇਕ ਦੇ ਜਮ੍ਹਾਂ ਕਰਾਉਣ ਤਾਂ ਕ੍ਰਾਈਮ ਵੱਧ ਜੂਗਾ। ਇਹ ਫੈਸਲਾ ਕੌਣ ਕਰੇ? ਕਮੇਟੀ ਕਰੇ ਇਸ ਮਾਮਲੇ ਦੇ ਵਿੱਚ, ਜਿਹੜਾ ਹੈ ਕੋਰਟ ਦੱਸੂਗੀ। ਵੈਸੇ ਇਹ ਗੱਲ ਸਹੀ ਹੈ, ਨਹੀਂ ਤਾਂ ਫਿਰ ਹਥਿਆਰ ਰੱਖਣ ਦਾ ਮਕਸਦ ਹੀ ਜਿਹੜਾ ਉਹ ਪੂਰਾ ਨਹੀਂ ਹੁੰਦਾ, ਨਾਕਾਮ ਹੋ ਜਾਂਦਾ। ਸੋ ਤੇਰੇ ਦਰਸ਼ਕੋ, ਕਈ ਹੋਰ ਖਬਰਾਂ ਜਿਹੜੀਆਂ ਅਗਲੇ ਹਿੱਸੇ ਚ ਲੈਣੀਆਂ ਨੇ, ਜਿਵੇਂ ਜਲੰਧਰ ਦੀ ਸੀਟ ਤੇ ਚਰਨਜੀਤ ਚੰਨੀ ਨੇ ਆਪਣੀ ਕੋਠੀ ਲੈ ਲਈ, ਪੂਰੀ ਤਿਆਰੀ ਹੈ ਤੇ ਉਹਦਾ ਵਿਰੋਧ ਵੀ ਉਵੇਂ ਹੀ ਹੋ ਰਿਹਾ। ਜਦੋਂ ਨੂੰ ਪਤਾ ਲੱਗਿਆ ਵੀ ਕੋਠੀ ਤੇ ਰੰਗ ਰੋਗਨ ਹੋ ਰਿਹਾ ਤੇ ਹਾਂ ਹੋ ਗਈ ਹੈ ਚਰਨਜੀਤ ਚੰਨੀ ਨੂੰ, ਤੇ ਬਿਕਰਮ ਸਿੰਘ ਚੌਧਰੀ MLA ਸਾਹਿਬ ਨੇ ਆਪਦਾ ਚੀਫ ਵਿਪ ਵਾਲਾ ਅਹੁਦਾ ਛੱਡਤਾ ਪ੍ਰੋਟੈਸਟ ਵਜੋਂ, ਬਾਜਵਾ ਸਾਹਿਬ ਨੂੰ ਦੇਤਾ ਰਿਜ਼ਾਈਨ। ਤੇ ਇਹਦੀ ਵੀ ਗੱਲ ਹੈ, ਚੌਧਰੀ ਸੰਤੋਖ ਸਿੰਘ ਜੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਮੌਤ ਹੋਈ ਸੀ, ਉਹਦੇ ਬੇਟੇ ਨੇ। ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਾਂਗੇ ਆਪਾਂ, ਔਰ ਕਿਉਂਕਿ ਵੋਟ ਤੇ ਚੋਟ ਦੀ ਜਿਹੜੀ ਗੱਲ ਹੈ ਉਹ ਚੱਲ ਰਹੀ ਹੈ, ਵਿਰੋਧ ਹੋ ਰਿਹਾ ਥਾਂ ਥਾਂ ਤੇ। ਅੱਜ ਹਸਰਾ ਜਹਾਜ਼ ਤਾਂ ਬੜੇ ਪਿਆਰ ਨਾਲ ਕਹਿੰਦਾ ਮੈਨੂੰ ਤਾਂ ਦਿਖਦੀ ਨੀ ਹੈ, ਮੈਂ ਤਾਂ ਮੁਹੱਬਤ ਦੀ ਦੇਖਦਾ, ਮੇਰਾ ਵਿਰੋਧ ਕਰ ਰਹੇ ਨੇ, ਕੋਈ ਗੱਲ ਨੀ ਮੇਰੇ ਹੀ ਨੇ, ਮੈਂ ਤਾਂ ਇਹਨਾਂ ਦਾ ਪੁੱਲ ਬਣੂਗਾ। ਅਜਿਹੀਆਂ ਗੱਲਾਂ ਚਲੋ ਕਰਦੇ ਹੁੰਦੇ ਨੇ, ਲੇਕਿਨ ਮੈਨੂੰ ਲੱਗਦਾ ਕਿ ਇੱਕ ਨਵੀਂ ਰਣਨੀਤੀ ਹੋ ਸਕਦੀ ਹੈ ਭਾਰਤੀ ਜਨਤਾ ਪਾਰਟੀ ਦੀ। ਇਹ ਕੋਈ ਗੱਲ ਨੀ, ਵਿਰੋਧ ਵੀ ਹੋਣ ਦੋ, ਲੇਕਿਨ ਇਹ ਜਿਹੜੇ ਬੰਦੇ ਲੱਗੇ ਹੋਏ ਨੇ, ਵੱਡੇ ਨਾਮ, ਵੱਡੇ ਬੰਦੇ ਨੀ, ਵੱਡੇ ਨਾਮ ਜਿਹਨਾਂ ਨੇ ਬਣਾ ਲਿਆ, ਜੇ ਕਿਸੇ ਨੇ ਗਾਇਕੀ ਚ ਬਣਾ ਲਿਆ, ਕਿਸੇ ਨੇ ਜਿਹੜਾ ਫੋਰਨ ਸਰਵਿਸ ਬਣਾ ਲਿਆ, ਜਾਂ ਕੋਈ ਸਿਆਸਤ ਚ ਬਣਾ ਲਿਆ, ਉਹ ਲੱਗੇ ਹੋਏ ਨੇ, ਵਿਰੋਧ ਦੇ ਬਾਵਜੂਦ ਲੱਗੇ ਨੇ। ਤੇ ਲੇਕਿਨ ਕਿਸਾਨਾਂ ਦਾ ਵਿਰੋਧ ਵੀ ਤਿੱਖਾ ਹੋ ਰਿਹਾ, ਉਹਨਾਂ ਦੇ ਕੁਐਸਚਨ ਤਿਆਰ ਨੇ ਪੂਰੇ, ਤੇ ਲੋਕਾਂ ਨੇ ਤਾਂ ਅਖਬਾਰਾਂ ਨੇ ਤਾਂ ਕੁਐਸਚਨ ਛਾਪਣੇ ਵੀ ਸ਼ੁਰੂ ਕਰਤੇ, ਤਾਂ ਕਿ ਆਮ ਲੋਕ ਵੀ ਜਿਹੜਾ ਹੈ ਵੀ ਜਦੋਂ ਤੁਸੀਂ ਆਉਣੇ ਹੋ, ਖਾਸ ਤੌਰ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛੋ ਵੀ ਤੁਸੀਂ ਹੁਣ ਤੱਕ ਕੀ ਕੀਤਾ। ਸਿਰਫ ਬਿਜਲੀ ਦੀ ਗੱਲ ਕਰੀ ਜਾਂਦੇ, ਬਾਕੀ ਕੀ ਕੀਤਾ, ਇਹ ਗੱਲ ਆਪਾਂ ਅਗਲੇ ਹਿੱਸੇ ਚ ਲੈਣੇ ਆ। ਇਸ ਤਰ੍ਹਾਂ ਹੀ ਜਿਹੜਾ ਜਿਵੇਂ ਇੱਥੇ ਹੈ, ਜਿਵੇਂ ਭਾਈ ਸਾਹਿਬ ਸੁਖਬੀਰ ਸਿੰਘ ਬਾਦਲ, ਉਹਨਾਂ ਚ ਮਜੀਠੀਆ ਨੇ ਵੀ ਕਿਸਮ ਦਾ ਐਲਾਨ ਹੀ ਕਰਤਾ ਕਿ ਜੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ ਸਾਡੇ ਉਮੀਦਵਾਰ ਹੋਣਗੇ। ਫਿਰ ਉਹਨੂੰ ਪੁੱਛਿਆ ਤੇ ਕਹਿੰਦੇ ਜੀ ਮੇਰਾ ਦਿਲ ਤੋਂ ਐਲਾਨ ਹੈ, ਮੇਰਾ ਦਿਲ ਕਹਿੰਦਾ ਵੀ ਇਹ ਹੋਣ, ਇਹ ਵੀ ਗੱਲ ਕਰਾਂਗੇ। ਔਰ ਹਰਿਆਣਾ ਦੇ JJP ਦੀ ਵੀ ਗੱਲ ਕਰਨੀ ਹੈ। ਪ੍ਰਧਾਨ ਸਾਹਿਬ JJP ਦੇ ਨਿਸ਼ਾਨ ਸਿੰਘ ਨੇ ਰਿਜ਼ਾਈਨ ਕਰਤਾ, ਜਨਰਲ ਸਕੱਤਰ ਵੱਲੋਂ ਦੀ ਕਮਲੇਸ਼ ਰਾਣੀ, ਮਮਤਾ ਕਟਾਰੀਆ, ਸਭ ਨੇ ਰਿਜ਼ਾਈਨ ਕਰਤਾ। ਉੱਥੇ ਵੀ ਚੱਲ ਰਿਹਾ, ਹਰਿਆਣਾ ਚ ਵੀ ਇਹ ਜਿਹਾ ਕੁਛ ਚੱਲ ਰਿਹਾ। ਔਰ ਵਰਿੰਦਰ ਸਿੰਘ ਨੇ ਵੀ ਹੁਣ BJP ਛੱਡਤੀ ਆ, ਅੱਜ ਸ਼ਾਇਦ ਕਾਂਗਰਸ ਚ ਆ ਜਾਣ। ਉਹਨਾਂ ਦੀ MLA ਰਹੀ ਪਤਨੀ ਪ੍ਰੇਮਲਤਾ ਵੀ, ਪਰਿਵਾਰ ਹੀ ਆ ਗਿਆ ਇੱਧਰ, ਪਹਿਲਾਂ ਵੀ ਇਹੀ ਗਿਆ ਸੀ ਪਰਿਵਾਰ, 10 ਸਾਲ ਪਹਿਲਾਂ ਉੱਧਰ ਵੀ ਗਿਆ ਸੀ। ਜਿਹੜੀ ਇੱਕ ਖਬਰ ਹੋਰ ਵੀ ਲਵਾਂਗੇ ਕਿ ਕੱਲ ਜਿਹੜਾ ਹੈ ਖਾਲਸਾ ਮਾਰਚ ਕਰਨਾ ਸੀ, ਖਾਲਸਾ ਚੇਤਨਾ ਮਾਰਚ ਹੋਣ ਨਹੀਂ ਦਿੱਤਾ ਸਰਕਾਰ ਨੇ, ਫੜੋ ਫੜਾਈ ਕਰ ਲਈ। ਤੇ ਇਹ ਅੰਮ੍ਰਿਤਪਾਲ ਸਿੰਘ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਚ ਹੋਣਾ ਸੀ। ਤੋ ਇਹ ਸਾਰੀਆਂ ਖਬਰਾਂ ਆਪਾਂ ਲਵਾਂਗੇ ਅਗਲੇ ਹਿੱਸੇ ਚ, ਹੋਰ ਵੀ ਬੜੀਆਂ ਇੰਪੋਰਟੈਂਟ ਖਬਰਾਂ ਨੇ। ਤੇ TMC ਨੇ ਜਿਸ ਤਰੀਕੇ ਨਾਲ ਕਿਹਾ ਵੀ ID ਦਾ ਮੁਖੀ ਬਦਲੋ ਜਾਂ NDA ਦਾ ਮੁਖੀ ਬਦਲੋ, ਇਹਦੇ ਲਈ ਖਿੱਚ ਧੂ ਹੋਈ ਹੈ ਚੋਣ ਦਫ਼ਤਰ ਦੇ ਸਾਹਮਣੇ, ਉਹਨਾਂ ਨੇ ਜਿਹੜਾ ਕੀਤਾ ਧਰਨਾ ਲਾਇਆ ਸੀ। ਇੱਕ ਆਪਾਂ ਖਬਰ ਹੋਰ ਵੀ ਲੈਣੀ ਹੈ, ਸੋਨਾ ਬੜਾ ਮਹਿੰਗਾ ਹੋ ਗਿਆ, 24 ਕੈਰਟ ਸੋਨਾ 71,289 ਦਾ ਹੋ ਗਿਆ,
ਜਿਹੜਾ ਤੁਸੀਂ ਖਰੀਦਦੇ ਹੋ ਆਮ ਤੌਰ ਤੇ ਵਿਆਹ ਸ਼ਾਦੀਆਂ ਚੋਂ 65,292 ਹੋ ਗਿਆ, ਹੁਣ ਤੱਕ ਦਾ ਸਭ ਤੋਂ ਮਹਿੰਗਾ ਸੋਨਾ। ਹੋਰ ਬੜੀਆਂ ਖ਼ਬਰਾਂ ਨੇ, ਜਿੰਨਾ ਕੁ ਵਕਤ ਮਿਲਿਆ ਉਹ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਤੇ ਹੁਣ ਕਿਉਂਕਿ ਬ੍ਰੇਕ ਦਾ ਟਾਈਮ ਹੋ ਗਿਆ, ਉਹਨਾਂ ਚ ਇੱਕ ਖ਼ਬਰ ਹੋਰ ਵੀ ਲੈਣੀ ਹੈ, ਉਹ ਵੀ ਇਸ ਕਰਕੇ ਜ਼ਰੂਰੀ ਹੈ ਕਿ ਅੱਜ ਕਿਸਾਨਾਂ ਨੇ ਰੇਲਵੇ ਟਰੈਕ ਰੋਕਣ ਦਾ ਫੈਸਲਾ ਕੀਤਾ ਸੀ, ਇੱਕ ਦਿਨ ਲਈ ਅੱਗੇ ਪਾਤਾ ਸਰਬਜੀਤ ਸਿੰਘ ਭਦੇਲ ਕਹਿੰਦਾ। ਹੁਣ ਅਸੀਂ 10 ਅਪ੍ਰੈਲ ਨੂੰ ਜਿਹੜਾ ਹੈ ਬੈਠਾਂਗੇ ਤੇ ਇਹ ਸਾਰੀਆਂ ਖ਼ਬਰਾਂ ਆਪਾਂ ਲਵਾਂਗੇ ਅਗਲੇ ਹਿੱਸੇ ਦੇ ਵਿੱਚ, ਜਿਹੜਾ ਤੁਸੀਂ 10 ਵਜੇ ਤੋਂ ਬਾਅਦ ਸੁਣਦੇ ਹੋ, ਜਾਂ ਫਿਰ ਯੂਟਿਊਬ ਫੇਸਬੁੱਕ ਤੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਰਹਿ ਸਕਦੇ ਹੋ। ਹੁਣ ਲੈਂਦੇ ਹਾਂ ਇੱਕ ਬ੍ਰੇਕ। अब आप चढ़दी कला टाइम टीवी देख सकते हैं डीडी फ्री डिश एमबैक 4 पर। देखने के लिए आप अपने सेटअप बॉक्स को ऑटो स्कैन करें। कैसे करना है आइए आपको बताते हैं। सबसे पहले डीडी फ्री डिश एमबैक 4 के सेटअप बॉक्स के रिमोट का मेन्यू बटन दबाएं, फिर डिलीट ऑल पर जाकर ओके करें। उसके बाद इनपुट पासवर्ड भरे 0000 यानी की 4 बार 0। अब यस पर जाएं और ओके के लिए नीला बटन दबाएं। अब सैटेलाइट लिस्ट पर आएं और ओके बटन दबाएं। इसके बाद ब्लाइंड स्कैन पर आएं और सर्च करो। स्कैन में थोड़ा टाइम लगेगा, अब स्कैन हो चुका है तो अब आप देख सकते हैं आपका अपना मनपसंद चैनल चढ़दी कला टाइम टीवी। सब्सक्राइब करें चढ़दी कला टाइम टीवी को और लेटेस्ट अपडेट पाने के लिए प्रेस करें बेल आइकन को। सब्सक्राइब करो चढ़दी कला टाइम टीवी नु अते लेटेस्ट अपडेट पाउन दे लई प्रेस करो बेल आइकन नु। सब्सक्राइब करो चढ़दी कला टाइम टीवी नॉर्थ अमेरिका नु अते लेटेस्ट अपडेट पाउन दे वास्ते प्रेस करो बेल आइकन नु। सब्सक्राइब करो चढ़दी कला टाइम टीवी नॉर्थ अमेरिका नु अते लेटेस्ट अपडेट पाउन दे वास्ते प्रेस करो बेल आइकन नु। सब्सक्राइब करो चढ़दी कला टाइम टीवी प्राइम नु अते लेटेस्ट अपडेट पाउन दे वास्ते प्रेस करो बेल आइकन नु। चढ़दी कला टाइम टीवी वेख सकदे हां डीडी फ्री डिश एमपैक 4 ते। वेखण लई अपने सेट ऑफ बॉक्स ऑटो स्कैन करो। ਇਹ ਕਰਨਾ ਕਿੱਦਾਂ ਹੈ ਆਓ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਡੀਡੀ ਫ੍ਰੀ ਡਿਸ਼ ਐਮਪੈਕ 4 ਦੇ ਸੈਟਅਪ ਬਾਕਸ ਦੇ ਰਿਮੋਟ ਦਾ ਮੈਨੂ ਬਟਨ ਦਬਾਓ, ਫਿਰ ਡਿਲੀਟ ਆਲ ਤੇ ਜਾਓ, ਓਕੇ ਕਰੋ। ਇਸ ਤੋਂ ਬਾਅਦ ਇਨਪੁਟ ਪਾਸਵਰਡ ਭਰੋ 00। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਪਰ ਦਰਸ਼ਕੋ ਮੈਂ ਤੁਹਾਨੂੰ ਦੱਸਿਆ ਸੀ ਕਿ ਬਿਕਰਮ ਸਿੰਘ ਚੌਧਰੀ ਨੇ ਚੀਫ ਵਿਪ ਦਾ ਅਹੁਦਾ ਛੱਡ ਦਿੱਤਾ ਕਾਂਗਰਸ ਪਾਰਟੀ ਦਾ। ਕਾਰਨ ਇਹ ਰਿਹਾ ਕਿ ਜਲੰਧਰ ਤੋਂ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪਰਿਵਾਰ ਦੇ ਜਾਂ ਉਹਨਾਂ ਦੀ ਮਦਰ ਨੂੰ ਇਹ ਟਿਕਟ ਮਿਲੇ, ਕਿਉਂਕਿ ਸੰਤੋਖ ਚੌਧਰੀ ਜਦੋਂ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ ਉਸ ਵੇਲੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਅਚਾਨਕ ਜਾਂਦੇ ਜਾਂਦੇ ਸਭ ਨੇ ਦੇਖਿਆ, ਕਿਉਂਕਿ ਕੈਮਰੇ ਲੱਗੇ ਹੋਏ ਸੀ ਰਾਹੁਲ ਗਾਂਧੀ ਦੇ ਨਾਲ, ਤੇ ਉਹਨਾਂ ਦੀ ਮੌਤ ਹੋ ਗਈ ਸੀ। ਔਰ ਹੁਣ ਉਹ ਚਾਹੁੰਦੇ ਨੇ ਕਿ ਟਿਕਟ, ਲੇਕਿਨ
ਕਾਂਗਰਸ ਪਾਰਟੀ ਪਤਾ ਲੱਗਿਆ ਕਿ ਉਹਨਾਂ ਨੇ ਝੰਡੀ ਦਿੱਤੀ ਹੈ ਹਰੀ ਚਰਨਜੀਤ ਸਿੰਘ ਚੰਨੀ ਨੂੰ ਤੇ ਉਹਦਾ ਇਹ ਵਿਰੋਧ ਕਰ ਰਹੇ ਨੇ। ਇਹ ਜਿਹੜਾ ਦਿੱਤਾ ਹੈ ਇਹ ਵਿਰੋਧ ਵਜੋਂ ਹੀ ਅਸਤੀਫਾ ਦਿੱਤਾ ਗਿਆ ਹੈ ਇਹ ਮੰਨਿਆ ਜਾ ਰਿਹਾ ਹੈ ਜੋ ਮੰਨਿਆ ਕਿ ਲਾਗੀ ਰਿਹਾ ਇਸ ਤਰ੍ਹਾਂ ਹੋ ਗਿਆ। ਵੈਸੇ ਇਹ ਕੋਈ ਇੱਕ ਸੀਟ ਨਹੀਂ, ਦੇਖੋ ਹਾਲ ਦੀ ਘੜੀ ਸਿਰਫ 13 ਲੋਕ ਸਭਾ ਦੀਆਂ ਸੀਟਾਂ ਨੇ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਨੇ 9 ਬੰਦੇ ਖੜੇ ਕੀਤੇ ਨੇ ਤੇ ਭਾਜਪਾ ਨੇ 6 ਉਮੀਦਵਾਰ ਖੜੇ ਕੀਤੇ ਹੋਏ ਔਰ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਵੀ ਕਰ ਦਿੱਤਾ। ਲੇਕਿਨ ਕਮਾਲ ਇਹ ਹੈ ਕਿ ਕਾਂਗਰਸ ਦੇ ਅਕਾਲੀ ਇਹ ਆਪਸ ਚ ਉਲਝੇ ਨੇ, ਇਹਨਾਂ ਦੇ ਕਿਤੇ ਨਾ ਕਿਤੇ ਸੀਟਾਂ ਦੀ ਵੰਡ ਨੂੰ ਲੈ ਕੇ ਟਕਰਾਓ ਹੈ, ਜਿਵੇਂ ਹੁਣ ਪਟਿਆਲਾ ਦੇ ਵਿੱਚ ਹੈ। ਇੱਕ ਤਾਂ ਜ਼ਿਕਰ ਕਰ ਹੀ ਦਿੱਤਾ ਚਰਨਜੀਤ ਚੰਨੀ ਦਾ ਤਾਂ ਕਿ ਵਿਕਰਮ ਚੌਧਰੀ ਇਸ ਤਰ੍ਹਾਂ ਦੀ ਗੱਲ ਹੈ। ਉਹਨੇ ਵੈਸੇ ਤਿਆਰੀ ਸ਼ੁਰੂ ਕਰਤੀ ਚਰਨਜੀਤ ਚੰਨੀ ਨੇ, ਉਹਨਾਂ ਨੇ ਆਪਣੀ ਕੋਠੀ ਕਾਠੀ ਲੈ ਕੇ ਮੈਂ ਦੇਖ ਰਿਹਾ ਸੀ ਰੰਗ ਰੂੰਗ ਹੋ ਰਿਹਾ। ਇਹ ਤਾਂ ਹੋਈ ਜਲੰਧਰ ਦੀ ਗੱਲ। ਪਟਿਆਲਾ ਦੇ ਵਿੱਚ ਜਿਹੜਾ ਹੈ ਧਰਮਵੀਰ ਗਾਂਧੀ, ਗਾਂਧੀ ਸਾਹਿਬ ਨੇ ਆਪ ਦੱਸਿਆ ਕਿ ਮੇਰੀ ਸਿਹਤ ਅਲਾਓ ਨਹੀਂ ਕਰਦੀ, ਮੇਰੇ ਸਟੰਟ ਪਏ ਨੇ, ਮੈਂ ਡੈਪਟਿਕ ਹਾਂ, ਮੇਰਾ ਇੱਕ ਜਿਹੜਾ ਹੈ ਅੱਖਾਂ ਇੱਕ ਅੱਖ ਨਾਲ ਮੈਂ ਕੰਮ ਚਲਾ ਰਿਹਾ, ਸਾਰਾ ਕੁਛ ਹੋਣਾ, 76 ਸਾਲ ਦੀ ਉਮਰ ਹੋ ਗਈ ਕਿ ਮੇਰੀ ਕੋਈ ਇੱਛਾ ਨਹੀਂ। ਪਰ ਉਹਨਾਂ ਨੂੰ ਲੈ ਗਏ ਕਿਉਂਕਿ ਕਾਂਗਰਸ ਨੂੰ ਲੱਗਦਾ ਹੈ ਕਿ ਇੱਥੇ ਪਟਿਆਲਾ ਦੇ ਵਿੱਚ ਬਾਕੀ ਜਿਹੜੇ ਕਾਂਗਰਸੀ ਨੇ ਉਹਨਾਂ ਦੀ ਵਫਾਦਾਰੀ ਹਮੇਸ਼ਾ ਪੈਲਸ ਨਾਲ ਰਹੀ ਹੈ, ਹਮੇਸ਼ਾ ਕੈਪਟਨ ਪਰਿਵਾਰ ਨਾਲ ਰਹੀ ਹੈ ਤੇ ਪ੍ਰਮੀਤ ਕੌਰ ਦਾ ਮੁਕਾਬਲਾ ਉਹ ਸਹੀ ਤਰੀਕੇ ਨਾਲ ਸ਼ਾਇਦ ਨਾ ਕਰ ਸਕਣ। ਹਾਲਾਂਕਿ ਉਹਨਾਂ ਸਭ ਦਾ ਜਿਹੜਾ ਇਹ ਕਹਿਣਾ ਕਿ ਇਹਦਾ ਗਾਂਧੀ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ, ਲੱਗਦਾ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਇਹ ਜਿਹੜਾ ਹੈ ਹਰੀ ਝੰਡੀ ਮਿਲੀ ਹੋਈ ਹੈ, ਵਿਰੋਧ ਹੈ ਡਿਕਲੇਅਰ ਨਹੀਂ ਹੋਇਆ। ਇਹ ਗੱਲ ਇਹ ਵੀ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ। ਇਸੇ ਤਰ੍ਹਾਂ ਜਦੋਂ ਆਪਾਂ ਇਹ ਕਰਦੇ ਹਾਂ ਤੇ ਇਹ ਤਾਂ ਪਟਿਆਲਾ ਜਲੰਧਰ ਕਾਂਗਰਸ ਦੀ ਆਪਾਂ ਗੱਲ ਕੀਤੀ, ਅਕਾਲੀਆਂ ਦੀ ਵੀ ਕਰ ਲਈਏ। ਅਕਾਲੀਆਂ ਚ ਵੀ ਜਿਹੜਾ ਹੈ ਵੈਸੇ ਕਾਂਗਰਸੀਆਂ ਚ ਹੋਰ ਵੀ ਹੈ ਰੇੜਕਾ, ਉਹ ਹੈ ਸੁਖਪਾਲ ਸਿੰਘ ਖਹਿਰਾ ਦਾ। ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਚਾਹੁੰਦੇ ਨੇ, ਫਿਰ ਮੇਰਾ ਖਿਆਲ ਹੈ ਰਾਜਾ ਬੜਿੰਗ ਨੂੰ ਇਹ ਆਸ ਜਿਹੜਾ ਹੈ ਕਦੇ ਵੀ ਰਾਸ ਨਹੀਂ ਆਊਗਾ, ਉਹ ਵਿਜੇਂਦਰ ਸਿੰਗਲਾ ਨੂੰ, ਭਾਵੇਂ ਸਿੰਗਲਾ ਚਾਹੇ ਨਾ ਚਾਹੇ ਉਹ ਉਹਦਾ ਨਾਂ ਅੱਗੇ ਵਧਾਉਣਗੇ ਤੇ ਕਿਉਂਕਿ ਅੰਦਰੋਂ ਅੰਦਰੀ ਬੜਾ ਤੇਜ਼ ਤਰਾਰ ਜਿਹੜਾ ਲੀਡਰ ਹੈ ਸੁਖਪਾਲ ਸਿੰਘ ਖਹਿਰਾ, ਤੋ ਇਹ ਵੀ ਗੱਲ ਚੱਲ ਰਹੀ ਹੈ। ਜਿਹੜੀ ਕਾਂਗਰਸ ਦਾ ਵੀ ਅਕਾਲੀਆਂ ਚ ਵੀ ਇਹੀ ਹਾਲ ਹੈ, ਅਕਾਲੀਆਂ ਚ ਜਿਹੜਾ ਹੈ ਉਹ ਹੁਣ ਆਨੰਦਪੁਰ ਸਾਹਿਬ ਤੋਂ ਚੰਦੂ ਬਾਜਵਾ ਸਾਹਿਬ ਲੜਨਾ ਚਾਹੁੰਦੇ ਨੇ, ਉਹ ਪਤਾ ਲੱਗਿਆ ਵੀ ਚੀਮਾ ਸਾਹਿਬ ਵੀ ਤਿਆਰ ਬੈਠੇ ਨੇ। ਚਲੋ ਉਹਦਾ ਤਾਂ ਜੀ ਸੰਗਰੂਰ ਤੇ ਤਾਂ ਇਹ ਸ਼ਾਇਦ ਫੈਸਲਾ ਉਦੋਂ ਹੋ ਗਿਆ ਸੀ ਜਦੋਂ ਢੀਂਡਸਾ ਸਾਹਿਬ ਅਕਾਲੀ ਦਲ ਚ ਆਏ ਸੀ ਤੇ ਵੀ ਇਹ ਜਿਹੜਾ ਹੈ ਪਰਮਿੰਦਰ ਢੀਂਡਸਾ ਲੜਨਗੇ। ਹੁਣ ਇਕਬਾਲ ਸਿੰਘ ਝੂੰਦਾ ਨੇ ਵੀ ਆਪਦੀ ਦਾਅਵੇਦਾਰੀ ਠੋਕੀ ਹੈ। ਤੋ ਇਸ ਤਰ੍ਹਾਂ ਲਗਭਗ ਬਹੁਤ ਥਾਂ ਤੇ ਜਿਵੇਂ ਬਠਿੰਡਾ ਉੱਥੇ ਹਾਲੇ ਕਲੀਅਰ ਨੀ ਮਲੂਕਾ ਸਾਹਿਬ ਦਾ ਵੀ ਉਹਨਾਂ ਨੇ ਕਰਨਾ ਕੀ ਹੈ ਤੇ ਕਿੱਥੇ ਹੈ ਕਰਨੀ। ਖਡੂਰ ਸਾਹਿਬ ਬੀਬੀ ਜਗੀਰ ਕੌਰ ਨੂੰ ਦੇਣੀ ਹੈ ਜਾਂ ਬਿਰਸਾ ਬਟੋਆ ਜਾਂ ਵਿਕਰਮ ਮਜੀਠੀਆ, ਸਾਰੇ ਕਿਤੇ ਮੰਤਰੀ ਚੱਲ ਰਿਹਾ ਹਾਲੇ ਤੇ ਕਿਉਂਕਿ ਚੋਣ ਵੀ ਹੋਣੀ ਹੈ ਜਿਹੜੀ ਹੈ 1 ਜੂਨ ਨੂੰ, ਸ਼ਾਇਦ ਇਸ ਕਰਕੇ ਵੀ ਹੋਵੇ। ਖੈਰ ਆਪਾਂ ਹੁਣ ਅਗਲੀ ਖਬਰ ਲਈਏ, ਉਹਦੇ ਵਿੱਚ ਕਿਸਾਨਾਂ ਦੀ ਖਬਰ ਬਣਦੀ ਹੈ। ਕਿਸਾਨ ਦੇਖੋ ਸੰਯੁਕਤ ਕਿਸਾਨ ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਆਪਾਂ ਵੋਟ ਤੇ ਚੋਟ ਕਰਨੀ ਹੈ,
ਤੇ ਵੋਟ ਤੇ ਚੋਟ ਕਰਨ ਲਈ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਲਗਾਤਾਰ। ਹਰ ਰੋਜ਼ ਇਹ ਖਬਰਾਂ ਆ ਰਹੀਆਂ ਨੇ, ਉਮੀਦਵਾਰਾਂ ਨੂੰ ਸਵਾਲ ਪੁੱਛਣ ਦਾ, ਕਾਲੀਆਂ ਝੰਡੀਆਂ ਦਿਖਾਉਣ ਦਾ, ਵਾਪਸ ਜਾਓ ਦੇ ਨਾਰੇ ਮਾਰਨ ਦਾ, ਇਹ ਕੰਮ ਚੱਲ ਰਿਹਾ, ਲਗਾਤਾਰ ਚੱਲ ਰਿਹਾ। ਔਰ ਹੁਣ ਤਾਂ ਜਿਹੜੇ ਸਪੋਰਟਰ ਉਹਨਾਂ ਦਾ ਵੀ, ਜਿਹੜੀ ਪਹਿਲਾਂ ਤਾਂ ਤਰਨ ਤਾਰਨ ਦੇ ਪਿੰਡ ਦੇ ਵਿੱਚ ਆਪਾਂ ਦੇਖਿਆ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਹੋਇਆ, ਫਿਰ ਹੁਣ ਤਾਂ ਬੋਨੀ ਅਜਨਾਲਾ ਦਾ ਵੀ ਹੋ ਗਿਆ, ਜਿਹੜਾ ਵੀ ਜਾਂਦਾ ਉਹਨੂੰ ਵੀ ਗੱਡੀ ਚੱਲੇ ਉੱਤਰ ਦਿੱਤਾ ਜਾਂਦਾ, ਤੇ ਉਹਦਾ ਵੀ ਵਿਰੋਧ। ਇਹ ਵਿਰੋਧ ਸਾਰੇ ਕਿਤੇ ਚੱਲ ਰਿਹਾ, ਪੰਜਾਬ ਹਰਿਆਣਾ ਚ ਤਾਂ ਇਦੋਂ ਵੀ ਧੱਕਾ, ਯੂਪੀ ਚ ਵੀ, ਰਾਜਸਥਾਨ ਚ ਵੀ, ਯਾਨੀ ਕਿਤੇ ਨਾ ਕਿਤੇ ਵੋਟ ਦੀ ਚੋਟ ਤਾਂ ਪੈ ਰਹੀ ਹੈ। ਹਰਜੀਤ ਗਰੇਵਾਲ ਕੱਲ ਸੁਣ ਰਿਹਾ ਕਹਿੰਦੇ ਸਾਨੂੰ ਕੀ ਕਰ ਲੈਣਗੇ, ਅਸੀਂ ਤਾਂ ਆਪ ਪਿੰਡਾਂ ਚ ਰਹਿਣ ਵਾਲੇ, ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਲੇਕਿਨ ਇਸ ਤਰ੍ਹਾਂ ਦੀ ਗੱਲ ਨਹੀਂ। ਮੈਂ ਦੇਖ ਰਿਹਾ ਸੀ ਪ੍ਰਨੀਤ ਕੌਰ ਦਾ ਵਿਰੋਧ ਹੋਇਆ, ਤਰਨਜੀਤ ਸਿੰਘ ਸੰਧੂ ਦਾ ਹੋਇਆ, ਤੇ ਲੇਕਿਨ ਜਿਹੜੀ ਇੱਕ ਗੱਲ ਦੇਖਣ ਵਾਲੇ, ਹੰਸਰਾਜ ਹੰਸ ਦਾ ਵਿਰੋਧ ਜਾਰੀ ਹੈ, ਕੱਲ ਵੀ ਹੋਇਆ, ਲੇਕਿਨ ਹੰਸਰਾਜ ਹੰਸ ਨੇ ਇੱਕ ਸਟ੍ਰੈਟਜੀ ਜਿਹੜੀ ਰੱਖੀ, ਉਹ ਇੱਕ ਸੰਵੇਦਨਸ਼ੀਲ ਬੰਦੇ, ਕਹਿੰਦਾ ਮੈਂ ਤਾਂ ਮੁਹੱਬਤ ਦੀ ਗੱਲ ਕਰਦਾ, ਸੂਫੀ ਗਾਇਕ ਹੈ, ਤਰੀਕਾ ਹੈ, ਰਣਨੀਤੀ ਹੋ ਸਕਦੀ ਹੈ, ਤੇ ਕੋਈ ਗੱਲ ਨੀ, ਜੇ ਉਹਨਾਂ ਦਾ ਹੱਕ ਹੈ ਵਿਰੋਧ ਕਰਨ, ਜੇ ਮੈਂ ਜਿੱਤ ਗਿਆ ਮੈਂ ਬਣੂ ਉਹਨਾਂ ਦਾ ਵਕੀਲ, ਉਹਨਾਂ ਦੀਆਂ ਮੰਗਾਂ, ਜਿੰਨੀ ਕੋਈ ਵਿਰੋਧ ਚ ਇਹ ਨੀ ਕਿਹਾ ਵੀ ਤੁਸੀਂ ਗਲਤ ਹੋ। ਇਹਦਾ ਮਤਲਬ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਤਾਂ ਨਹੀਂ, ਕੋਈ ਗੱਲ ਨੀ ਵੀ ਵਿਰੋਧ ਹੋ ਜਾਂਦਾ ਹੋ ਜਾਣ ਦੋ। ਅਸੀਂ ਜਿਹੜਾ ਹੈ ਆਪਦੇ ਨਿੱਜੀ, ਦੇਖੋ ਜਦੋਂ ਵੀ ਵੋਟ ਪੈਂਦੀ ਹੈ ਨਾ, ਉਹਦੇ ਚ ਪਾਰਟੀ ਹੁੰਦੀ ਹੈ, ਪਾਰਟੀ ਦਾ ਵਿਰੋਧ ਹੋ ਰਿਹਾ, ਨਿੱਜੀ ਜਿਹੜਾ ਵਿਰੋਧ, ਨਿੱਜੀ ਸੰਪਰਕ ਤੁਹਾਡੇ, ਪਰਸਨਲ ਰਿਲੇਸ਼ਨ, ਪ੍ਰਨੀਤ ਕੌਰ ਹੈ, ਪਾਰਟੀ ਵੱਲੋਂ ਵਿਰੋਧ ਹੈ, ਲੇਕਿਨ ਇੰਨੇ ਵਾਰ ਸੰਸਦ ਰਹੀ, ਉਹਦੇ ਦੋ ਵਾਰੀ ਉਹਦੇ ਪਤੀ ਮੁੱਖ ਮੰਤਰੀ ਰਹੇ, ਲੋਕਾਂ ਦੇ ਕੰਮ ਕਰਾਏ ਹੋਏ ਨੇ, ਉਹਨਾਂ ਨੂੰ ਆਸ ਹੈ ਕਿ ਇਹ ਸਾਨੂੰ ਵੋਟ ਪਾਉਣਗੇ। ਫਿਰ ਇੱਕ ਹੋਰ ਅਹਿਸਾਨ ਕੀਤਾ ਹੋਇਆ ਪਟਿਆਲਾ ਵਾਸੀਆਂ ਤੇ, ਖਾਸ ਤੌਰ ਤੇ ਜਿਹੜੇ ਉੱਜੜ ਕੇ ਪਾਕਿਸਤਾਨ ਚੋਂ ਇੱਧਰ ਆਏ ਸੀ, ਉਹਨਾਂ ਨੂੰ ਜਿਸ ਤਰ੍ਹਾਂ ਸ਼ੈਲਟਰ ਦਿੱਤਾ ਸੀ ਇਸ ਫੈਮਿਲੀ ਨੇ, ਉਹ ਪੁਰਾਣੇ ਬਜ਼ੁਰਗ ਤਾਂ ਹਾਲੇ ਵੀ ਸਨਮੰਦ ਨੇ। ਸੋ ਕਈ ਫੈਕਟਰ ਨੇ, ਭਾਰਤੀ ਜਨਤਾ ਪਾਰਟੀ ਇਸ ਸਾਰੇ ਫੈਕਟਰਾਂ ਦਾ, ਉਹਨਾਂ ਦੇ ਨਿੱਜੀ ਰਿਲੇਸ਼ਨ ਦਾ, ਤੇ ਇਹ ਇਸ ਤਰ੍ਹਾਂ ਦੇ ਜਿਹੜੇ ਕੰਮ ਕਾਰ ਕੀਤੇ ਨੇ, ਉਹਨਾਂ ਦਾ ਫਾਇਦਾ ਉਠਾ ਕੇ ਪੈਰ ਜਿਹੜਾ ਹੈ ਆਪਣੇ ਪੰਜਾਬ ਚ ਜਮਾਉਣਾ ਚਾਹੁੰਦੀ ਹੈ। ਇਹ ਵੱਖਰੀ ਗੱਲ ਹੈ, ਦੇਖਦੇ ਹਾਂ ਕਿ ਕਿਸਾਨਾਂ ਦਾ ਵਿਰੋਧ, ਪਿੰਡਾਂ ਚ ਧੜੇਬੰਦੀ ਵੀ ਬਹੁਤ ਹੁੰਦੀ ਹੈ, ਇੱਕ ਧੜਾ ਇੱਧਰ ਹੈ ਤਾਂ ਦੂਜਾ ਧੜਾ ਦੂਜੇ ਪਾਸੇ ਵੀ ਕਈ ਵਾਰੀ ਚਲਿਆ ਜਾਂਦਾ, ਇਹ ਵੀ ਦੇਖਣ ਵਾਲੀ ਗੱਲ ਹੈ। ਖੈਰ ਹੁਣ ਇੱਕ ਖਬਰ ਕਿਸਾਨਾਂ ਦੀ ਹੋਰ ਲੈ ਲਈਏ। ਕਿਸਾਨ ਬੈਠੇ ਨੇ ਬਾਰਡਰਾਂ ਤੇ, ਦੋਨਾਂ ਤੇ, ਸ਼ੰਭੂ ਤੇ ਕਨੌਰੀ, ਤੇ ਹੁਣ ਉਹਨਾਂ ਨੇ ਫੈਸਲਾ ਜਿਹੜਾ ਲਿਆ ਸੀ ਕਿ 9 ਤਰੀਕ ਨੂੰ ਰੇਲਾਂ ਰੋਕਣਗੇ, ਹੁਣ ਉਹ ਕਹਿੰਦੇ ਵੀ ਇੱਕ ਦਿਨ ਲਈ ਅਸੀਂ ਅੱਗੇ ਕਰਤਾ, 10 ਅਪ੍ਰੈਲ ਨੂੰ ਅਸੀਂ ਬੈਠਾਂਗੇ ਜਿਹੜਾ ਹੈ ਟਰੈਕ ਤੇ, ਇਹ ਉਹਨਾਂ ਨੇ ਕਿਹਾ। ਹੁਣ ਤਾਂ 57 ਦਿਨ ਹੋ ਗਏ ਬੈਠਿਆਂ ਨੂੰ, 13 ਫਰਵਰੀ ਤੋਂ ਸ਼ੁਰੂ ਹੋਇਆ ਸੀ ਕੰਮ, ਚੱਲ ਰਿਹਾ। ਖੈਰ ਆਪਾਂ ਅਗਲੀ ਖਬਰ ਜਿਹੜੀ ਹੈ ਲਈਏ। ਦੇਖੋ ਪਤਾ ਨੀ ਪਿਓ ਪੁੱਤ ਦੀ ਲੜਾਈ ਹੈ ਜਾਂ ਫਰੈਂਡਲੀ ਮੈਚ ਹੈ, ਇਹ ਤਾਂ ਨੀ ਕਹਿ ਸਕਦਾ। ਗੋਲਡੀ ਕੰਬੋਜ ਹੈ, MLA ਹੈ ਜਲਾਲਾਬਾਦ ਤੋਂ, ਜਿਸਨੇ ਸੁਖਬੀਰ ਸਿੰਘ ਬਾਦਲ ਨੂੰ ਫੜਾਇਆ ਸੀ, ਨੌਜਵਾਨ ਜਿਹੜਾ ਹੈ ਇਹ ਵਿਧਾਇਕ ਹੈ। ਉਹਦਾ ਪਿਤਾ ਹੈ ਸੁਰਿੰਦਰ ਕੰਬੋਜ, ਜਿਹਤੇ ਪਿਛਲੇ ਸਾਲ ਖਬਰਾਂ ਚ ਆਇਆ ਸੀ, ਪੁਲਿਸ ਨੇ ਫੜ ਲਿਆ ਸੀ ਬਲੈਕਮੇਲਿੰਗ ਦੇ ਚੱਕਰ ਦੇ ਵਿੱਚ। ਉਹਨੇ ਪਿਛਲੇ ਦਿਨੀ BSP ਜੁਆਇਨ ਕੀਤੀ ਸੀ, ਤੇ ਹੁਣ ਜਿਹਨੇ ਜੁਆਇਨ ਕੀਤੀ ਸੀ BSP, ਉਹਨੂੰ BSP ਦੇ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ। ਇਹ ਮਤਲਬ ਡਿਵੈਲਪਮੈਂਟ ਹੈ।
ਮੁੰਡਾ ਆਮ ਆਦਮੀ ਪਾਰਟੀ ਚ ਹੈ ਤੇ ਪਿਓ ਜਿਹੜਾ ਹੈ ਉਹ ਹੁਣ ਫਿਰੋਜ਼ਪੁਰ ਤੋਂ ਉਮੀਦਵਾਰ ਹੋਏਗਾ ਬੀ ਐਸ ਪੀ ਦਾ। ਉਹ ਇਸ ਤਰ੍ਹਾਂ ਹੀ ਹੈ ਤੇ ਇਹ ਸਿਆਸਤ ਚ ਹੁਣ ਮੁੰਡੇ ਦਾ ਅਸਰ ਜਿਵੇਂ ਜੈਪਾਲ ਭੁੱਲਰ ਦੇ ਪਿਓ ਨੂੰ ਭੁਪਿੰਦਰ ਸਿੰਘ ਨੂੰ ਅੰਮ੍ਰਿਤਸਰ ਅਕਾਲੀ ਦਲ ਅੰਮ੍ਰਿਤਸਰ ਨੇ ਟਿਕਟ ਦੇ ਤੀ, ਮਾਨ ਸਾਹਿਬ ਨੇ ਵੀ ਟਿਕਟ ਦੇ ਤੀ, ਚਰਚਾ ਹੁੰਦੀ ਹੈ ਹੁੰਦੀ ਰਹੇ। ਉਹ ਇਸ ਤਰ੍ਹਾਂ ਚੱਲਦਾ ਕਈ ਵਾਰੀ। ਖੈਰ ਮੈਂ ਜਿਹੜੀ ਗੱਲ ਕਹੀ ਸੀ ਕਿ ਕਈ ਆਦਮੀਆਂ ਨੂੰ ਕਈ ਲੀਡਰਾਂ ਨੂੰ ਪਤਾ ਲੱਗ ਜਾਂਦਾ ਕਿ ਪਾਰਟੀ ਬਦਲਣ ਦੇ ਫਾਇਦੇ ਨੇ ਤੇ ਉਹਨਾਂ ਨੇ ਕਿਤੇ ਸਮੈਲ ਤਾਂ ਨੀ ਕਰ ਲਿਆ ਵੀ 10 ਸਾਲ ਭਾਰਤੀ ਜਨਤਾ ਪਾਰਟੀ ਚ ਅਸੀਂ ਆਨੰਦ ਮਾਣਿਆ, ਚੌਧਰੀ ਪਰਿਵਾਰ ਜਿਹੜਾ ਹੈ ਵਰਿੰਦਰ ਸਿੰਘ ਦਾ, ਤੇ ਹੁਣ ਉਹ ਵੀ ਆਪਾਂ ਕਾਂਗਰਸ ਚੱਲੀਏ, ਸ਼ਾਇਦ ਹਰਿਆਣਾ ਚ ਕਾਂਗਰਸ ਆ ਜਾਏ ਜਾਂ ਦੇਸ਼ ਚ ਕਾਂਗਰਸ ਆ ਜਾਏ। ਉਹਨਾਂ ਨੇ ਕੇਂਦਰੀ ਮੰਤਰੀ ਰਹੇ ਨੇ ਵਰਿੰਦਰ ਸਿੰਘ, ਉਹਨਾਂ ਨੇ ਭਾਜਪਾ ਛੱਡਤੀ ਪਹਿਲਾਂ, ਅੱਜ ਕਾਂਗਰਸ ਜੁਆਇਨ ਕਰ ਰਹੇ ਨੇ ਤੇ ਬੇਟਾ ਉਹਨਾਂ ਦਾ 1 ਮਹੀਨਾ ਪਹਿਲਾਂ ਕਰ ਗਿਆ ਸੀ ਬਰਜਿੰਦਰ ਸਿੰਘ, ਉਹ ਕਾਂਗਰਸ ਛਾ ਪਿਆ ਸੀ। ਉਹਨਾਂ ਦੀ ਵਰਿੰਦਰ ਸਿੰਘ ਦੀ ਪਤਨੀ ਜਿਹੜੀ ਬਰਜਿੰਦਰ ਦੀ ਮਦਰ ਪ੍ਰੇਮਲਤਾ, ਉਹ ਵੀ 14 ਤੋਂ ਲੈ ਕੇ 19 ਤੱਕ MLA ਰਹੀ ਹੈ, ਉਹ ਵੀ ਹੁਣ ਤਾਂ ਪਰਿਵਾਰ ਨੇ ਆਉਣਾ ਤੇ 10 ਸਾਲ ਪਹਿਲਾਂ ਉਹਨਾਂ ਨੇ ਕਾਂਗਰਸ ਛੱਡੀ ਸੀ ਤੇ ਹੁਣ ਉਹ BJP ਛੱਡ ਕੇ ਕਾਂਗਰਸ ਚ ਆ ਰਹੇ ਨੇ। ਇਸ ਤਰ੍ਹਾਂ ਦੀ ਗੱਲ ਹੈ। ਖੈਰ ਜਿਹੜੀ ਖਾਸ ਜਿਹਦੇ ਚ ਗਰਮ ਦਲੀ ਹੈ ਆਪਾਂ ਸਿੱਖ ਕਹਿ ਸਕਦੇ ਹਾਂ, ਉਹਨਾਂ ਦੇ ਲਈ ਇਹ ਖਬਰ ਕਾਫੀ ਇੰਪੋਰਟੈਂਟ ਹੈ। ਉਹਨਾਂ ਨੇ ਜਿਹੜੀ ਗੱਲ ਖਾਲਸਾ ਚੇਤਨਾ ਮਾਰਚ ਸ਼ੁਰੂ ਕੀਤਾ ਸੀ, ਕਰਨਾ ਸੀ ਦਮਦਮ ਸਾਹਿਬ ਤੋਂ ਤੇ ਤਲਵੰਡੀ ਸਾਬੋ ਤੋਂ, ਲੇਕਿਨ ਜਿੰਨੇ ਵੀ ਰਸਤੇ ਤੱਕ ਸਭ ਨੂੰ ਜਾਂਦੇ ਸੀ ਸਾਰੇ ਬੈਰੀਕੇਡਿੰਗ ਕਰਤੀ, ਪੁਲਿਸ ਨੇ ਫਲੋਪ ਕਰਤਾ ਇਹ ਪ੍ਰੋਜੈਕਟ। ਇਹ ਉਹਦੇ ਚ ਪਹਿਲੇ ਫੜ ਲਏ, ਮਤਲਬ ਕਿ ਸਿੱਖ ਆਗੂ ਫੜ ਲਏ ਜਿਹੜੇ ਜਿਹਨਾਂ ਦੇ ਉਹਨਾਂ ਸੀ, ਪਹਿਲੋਂ ਮੈਂ ਦੇਖ ਰਿਹਾ ਸੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਵੀ ਨਜ਼ਰਬੰਦ ਕਰਤਾ ਘਰ ਚ, ਔਰ ਅੰਮ੍ਰਿਤਪਾਲ ਸਿੰਘ ਦੀ ਮਦਰ, ਉਹਦੇ ਚਾਚਾ, ਸਭ ਨੂੰ ਮਤਲਬ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਤੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਔਰ ਹਰਜਿੰਦਰ ਸਿੰਘ ਧਾਮੀ ਨੇ ਤਾਂ ਪਹਿਲੇ ਕਿਹਾ ਸੀ, ਕੱਲ ਫਿਰ ਜਿੱਥੋਂ ਸ਼ੁਰੂ ਕਰਨਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਉਹ ਕਹਿੰਦੀ ਕਰ ਕੀ ਰਹੀ ਹੈ ਪੰਜਾਬ ਸਰਕਾਰ, ਹੁਣ ਵਿਸਾਖੀ ਆ ਰਹੀ ਹੈ, ਤੁਸੀਂ ਕਿਉਂ ਮਾਹੌਲ ਖਰਾਬ ਕਰਨ ਲੱਗੇ ਹੋ? ਤੋ ਇਹ ਚੇਤਨਾ ਮਾਰਚ ਜਿਹੜਾ ਹੈ ਉਹ ਇਹ ਕਿਉਂ ਨੀ ਕੱਢਣ ਦਿੱਤਾ? ਫਿਰ ਇਹਦਾ ਜਵਾਬ ਦਿੱਤਾ ADGP SPS ਪਰਮਾਰ ਨੇ, ਉਹ ਕਹਿੰਦੇ ਜੀ ਇਹਨਾਂ ਨੇ ਆਗਿਆ ਨਹੀਂ ਲਈ, ਇਸ ਤਰ੍ਹਾਂ ਦਾ ਜਦੋਂ ਵੀ ਕੱਢਣਾ ਹੁੰਦਾ ਹੈ ਆਗਿਆ ਲੈਣੀ ਹੁੰਦੀ ਹੈ, ਇਹ ਉਹਨਾਂ ਨੇ ਇਹ ਕਿਹਾ। ਖੈਰ ਮੈਂ ਹੁਣੀ ਗੱਲ ਕਰਕੇ ਹਟਿਆ ਕਿ ਹਲੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਹੋਰਾਂ ਨੇ ਆਪਣੇ ਉਮੀਦਵਾਰ ਨਹੀਂ ਐਲਾਨੇ, ਲੇਕਿਨ ਉਹਨਾਂ ਚੋਂ ਉਮੀਦਵਾਰ ਕਈਆਂ ਨੂੰ ਹਰੀ ਝੰਡੀ ਮਿਲੀ ਹੋਈ ਹੈ, ਉਹਨਾਂ ਕੰਮ ਸ਼ੁਰੂ ਕਰਤਾ। ਕੱਲ ਮੀਟਿੰਗ ਸੀ ਜਿਹੜੇ ਆਗੂਆਂ ਦੀ, ਅਕਾਲੀ ਆਗੂਆਂ ਦਾ ਇਕੱਠ ਮੈਂ ਦੇਖ ਰਿਹਾ ਸੀ ਫੋਟੋ, ਬਿਕਰਮਜੀਤ ਬੋਲ ਰਹੇ ਸੀ, ਬੋਲਦਾ ਤਾਂ ਬਿਕਰਮਜੀਤ ਬੜਾ ਤਿੱਖਾ ਹੈ, ਤੇ ਕੱਲ ਕਹਿੰਦਾ ਜੀ ਮੇਰਾ ਦਿਲ ਕਹਿੰਦਾ ਹੈ ਕਿ ਅੰਮ੍ਰਿਤਸਰ ਸਾਹਿਬ ਤੋਂ ਪਹਿਲੇ ਪਤਾ 2 ਬੰਦਿਆਂ ਦਾ ਤਾਂ, ਅਦਰਵਾਈਜ਼ NK ਸ਼ਰਮਾ ਔਰ ਅਨਿਲ ਜੋਸ਼ੀ ਦੋਨਾਂ ਦਾ, ਤੇ ਪਤਲੇ ਪੰਥਕ ਪਾਰਟੀ ਇਹ ਕਹਿੰਦੀ ਹੈ ਕਿ ਅਸੀਂ ਜਿਹੜਾ ਭਾਈਚਾਰਕ ਸਾਂਝ ਦੇ ਇਹ ਸਿੰਬਲ ਦੇ ਤੌਰ ਤੇ ਲੈ ਕੇ ਆਉਣੇ ਨੇ, ਤੇ ਅਨਿਲ ਜੋਸ਼ੀ ਨੂੰ ਕਹਿੰਦੇ ਟਿਕਟ ਆਪਾਂ ਜਿਹੜੀ ਹੈ ਦੇਣੀ ਹੈ, ਮੇਰਾ ਦਿਲ ਕਹਿੰਦਾ ਹੈ ਤੇ ਅਸੀਂ ਮੰਗ ਕਰਦੇ ਹਾਂ, ਉਹਨੇ ਜੈਕਾਰਾ ਵੀ ਬੁਲਾਤਾ। ਤੋ ਇਹ ਇਸ ਤਰ੍ਹਾਂ ਹੀ ਪਹਿਲਾਂ ਵੀ ਜਿਹੜਾ ਰਿਹਾ, ਬਾਕੀ ਤਾਂ ਚਲੋ ਜਦੋਂ ਹੁਣ ਤੁਸੀਂ ਆਏ ਗਏ ਖੇਡ ਚ ਫਿਰ ਦੂਜੇ ਵਿਰੋਧੀਆਂ ਨੂੰ ਨਿੰਦਣਾ। ਤੇ ਤਰਜੀਤ ਸਿੰਘ ਸੰਧੂ ਨੇ ਕਿਹਾ ਸੀ ਕਿ
ਮੈਂ ਜੇ ਬਣ ਜਾਂਦਾ ਹੈ ਤਾਂ ਅਸੀਂ ਵਾਹਗਾ ਬਾਰਡਰ ਤੋਂ ਵਪਾਰ ਖੋਲਾਂਗੇ ਪਾਕਿਸਤਾਨ ਨਾਲ। ਮੈਂ ਉਦੋਂ ਵੀ ਕਿਹਾ ਸੀ ਕਿ ਇਹ ਮਸਲਾ ਇੱਕ MP ਦਾ ਨਹੀਂ, ਇਹ ਮਸਲਾ ਤਾਂ ਵੱਡੇ ਪੱਧਰ ਤੇ ਪ੍ਰਾਈਮ ਮਿਨਿਸਟਰ ਦੇ ਲੈਵਲ ਦਾ ਹੈ। ਤੇ ਪਹਿਲਾਂ ਵੀ ਸਵਾਲ ਉਠਾਇਆ ਗਿਆ ਕਿ ਸੰਧੂ ਸਾਹਿਬ ਤੁਸੀਂ ਜੇ ਮਤਲਬ ਇਹ ਖੋਲਣ ਦੀ ਗੱਲ ਕਰਦੇ ਹੋ, ਬੰਦ ਹੀ ਤੁਸੀਂ ਕੀਤਾ, ਤੁਹਾਡੀ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੋਇਆ, ਇਹ ਗੱਲਾਂ ਤਾਂ ਹੁਣ ਹੋਣਗੀਆਂ। ਖੈਰ ਸੀਨੀਅਰ ਬੰਦੇ ਵੀ ਸੀ, ਗੁਲਜ਼ਾਰ ਸਿੰਘ ਰਣੀ ਕੇ ਉੱਥੇ ਸੀ, ਕੱਲ ਰਜਿੰਦਰ ਸਿੰਘ ਮਹਿਤਾ ਸੀ, ਵੀਰ ਸਿੰਘ ਲੋਪੋ ਕੇ ਸੀ, ਵੀਰ ਗਿੱਲ ਸੀ, ਸਾਰੇ ਹੀ ਮਤਲਬ ਉਹਨਾਂ ਦੇ ਇੱਕ ਕਿਸਮ ਦੀ ਇਹ ਗੱਲ ਇਹ ਸਮਝ ਲਈਏ ਕਿ ਅਨਿਲ ਜੋਸ਼ੀ ਤਾਂ ਹੁਣ ਅਕਾਲੀ ਦਲ ਦਾ ਅਨਡਿਕਲੇਅਰਡ ਉਮੀਦਵਾਰ ਉੱਥੋਂ ਹੈ। ਤੇ ਹਰਿਆਣਾ ਦੀ ਜਿਹੜੀ ਖਬਰ ਮੈਂ ਕਿਹਾ ਸੀ ਕਿ ਉੱਥੇ ਵੀ ਦੌਰ ਜਿਹੜਾ ਹੈ ਬਗਾਵਤਾਂ ਦਾ ਚੱਲ ਰਿਹਾ। ਹੁਣੇ ਵਰਿੰਦਰ ਸਿੰਘ ਦੀ ਗੱਲ ਕਰਕੇ ਹਟੇ ਸੀ, ਚੌਧਰੀ ਵਰਿੰਦਰ ਸਿੰਘ ਦੀ, ਹੁਣ ਉੱਥੇ ਇੱਕ ਜਿਹੜੀ ਪਾਰਟੀ ਨੇ ਖੱਟਰ ਸਾਹਿਬ ਦੇ ਨਾਲ ਰਲ ਕੇ ਦੁਸ਼ਯੰਤ ਚੌਟਾਲਾ ਨੂੰ ਡਿਪਟੀ CM ਬਣਾਇਆ ਸੀ, JGP, ਜਿਨ੍ਹਾਂ ਦੇ 90 ਚੋਂ 10 ਉਮੀਦਵਾਰ 10 MLA ਸੀ। ਤੇ ਉਹ ਪਾਰਟੀ ਨਵੀਂ ਪਾਰਟੀ ਬਣੀ ਸੀ, ਇਹ ਪਾਰਟੀ 18 ਚ ਹੀ ਬਣੀ ਸੀ, ਇੰਡੀਅਨ ਲੋਕਦਲ ਤੋਂ ਜਿਹੜੇ ਅਲੱਗ ਹੋ ਕੇ ਇਹਦੇ ਪਾਰਟੀ ਦੁਸ਼ਯੰਤ ਚੌਟਾਲਾ ਨੇ ਬਣਾਈ ਸੀ। ਤੇ ਉਹ ਗਠਬੰਧਨ ਵੀ ਹੋ ਗਿਆ ਸੀ, ਉਹ ਚੋਂ ਡਿਪਟੀ CM ਬਣ ਗਏ ਸੀ ਤੇ ਚੱਲਦਾ ਰਿਹਾ ਕੰਮ। ਹੁਣ ਜਦੋਂ ਗਠਬੰਧਨ ਟੁੱਟਿਆ ਇਹਨਾਂ ਦਾ ਚੋਣ ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਇਹਨਾਂ ਚ ਪਹਿਲੇ ਲੱਗਦਾ ਸੀ ਕਿ 5 ਬੰਦੇ ਤਾਂ ਨੈਬ ਸਿੰਘ ਸੈਣੀ ਦੇ ਜਦੋਂ ਉੱਥੇ ਵੋਟ ਲਿਆ ਉੱਥੇ ਹਾਜ਼ਰ ਸੀ, ਤੋਂ ਵੀ ਕੀ ਇਹਨਾਂ ਦਾ ਸਟੈਂਡ ਹੈ। ਤੇ ਹੁਣ ਉਹ ਗੱਲ ਬਾਹਰ ਆ ਗਈ, ਪ੍ਰਧਾਨ ਜਿਹੜੇ ਇਹਨਾਂ ਦੇ ਨਿਸ਼ਾਨ ਸਿੰਘ, ਉਹ ਲਗਾਤਾਰ ਹੀ ਪ੍ਰਧਾਨ ਨੇ ਜਦੋਂ ਦੀ ਪਾਰਟੀ ਬਣੀ ਹੈ, ਮਤਲਬ 18 ਤੋਂ ਲੈ ਕੇ 2-3 ਵਾਰੀ ਪਾਰਟੀ ਰੀਸ਼ਫਲ ਵੀ ਹੋਈ, 21 ਚ 23 ਚ ਫਿਰ ਬਦਲ ਹੋਇਆ, ਪਰ ਨਿਸ਼ਾਨ ਸਿੰਘ ਪ੍ਰਧਾਨ ਬਣਿਆ ਰਿਹਾ, ਉਹ MLA ਵੀ ਰਿਹਾ ਟੋਹਾਨਾ ਤੋਂ, ਲੇਕਿਨ ਹੁਣ ਉਹਨੇ ਵੀ ਜਵਾਬ ਦਿੱਤਾ। ਫਿਰ ਇਹਨਾਂ ਦੀ ਇੱਕ ਰਾਸ਼ਟਰੀ ਮਹਾਂ ਸਚਿਵ ਕਹਿ ਲਓ ਉਹ ਕਮਲੇਸ਼ ਸੈਣੀ, ਉਹਨੇ ਵੀ ਰਿਜ਼ਾਈਨ ਕਰਤਾ। ਮਮਤਾ ਕਟਾਰੀਆ ਸਕੱਤਰ ਹੈ, ਉਹਨੇ ਵੀ ਰਿਜ਼ਾਈਨ ਕਰਤਾ। ਯਾਨੀ ਕਿ ਨਵੀਂ ਬਣੀ ਪਾਰਟੀ ਦੇ ਵਿੱਚ ਇਹੋ ਕਹੀਏ ਕਿ ਇੱਕ ਕਿਸਮ ਦੀ ਬਗਾਵਤ ਜਿਹੜੀ ਹੈ ਉਹ ਹੋ ਗਈ ਹੈ। ਖੈਰ ਜਿਹੜੀ ਜਦੋਂ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਕਦੇ ਕਦੇ ਹੈਰਾਨੀ ਹੁੰਦੀ ਹੈ ਕਿ ਵੀ ਅੱਜ ਕੋਈ ਖਬਰ ਐਸੀ ਨਹੀਂ ਆਈ ਜਿਹਦੇ ਨਾਲ ਅਸੀਂ ਕਹੀਏ ਕਿ ਐਕਸੀਡੈਂਟ ਨਾਲ ਬਹੁਤ ਨਾ ਹੀ ਹੋਈ ਹੋਵੇ, ਪਰ ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ। ਖਾਲੜਾ ਤੋਂ ਇੱਕ ਖਬਰ ਹੈ ਕਿ ਗੋਬਿੰਦਪਾਲ ਸਾਹਿਬ ਤੇ ਕਪੂਰਸਰਾ ਰੋਡ ਦੇ ਨੇੜੇ 2 ਗੱਡੀਆਂ ਦੀ ਟੱਕਰ ਹੋਈ, 3 ਮੌਤਾਂ, ਉਹਦੇ ਚ ਔਰਤਾਂ ਦੀ ਮੌਤ ਵੀ, ਇਸ ਤਰ੍ਹਾਂ ਵੀ। ਹਾਂ, ਇੱਕ ਚੰਗੀ ਖਬਰ ਵੀ ਹੈ, ਜਿਸ ਤਰ੍ਹਾਂ ਹਾਲਾਂਕਿ ਅੱਜ ਕੱਲ੍ਹ ਮੰਡੀਆਂ ਚ ਉਨੀ ਕਣਕ ਨਹੀਂ ਆ ਰਹੀ, ਪਰ ਲੱਗਦਾ ਕਿਉਂਕਿ ਠੰਡ ਜ਼ਿਆਦਾ ਪਈ ਸੀ ਇਸ ਵਾਰ ਥੋੜ੍ਹੀ ਜਿਹੀ ਲੇਟ ਹੋ ਜਾਊਗੀ, ਲੇਕਿਨ ਦਾਣਾ ਮੋਟਾ ਹੋਵੇਗਾ, ਕਣਕ ਦੀ ਪੈਦਾਵਾਰ ਜੇ ਸਭ ਕੁਛ ਠੀਕ ਰਿਹਾ ਕਾਫੀ ਹੋਏਗੀ, ਔਰ ਕਣਕ ਚ ਤੇਜ਼ੀ ਵੀ ਹੋਏਗੀ। ਜਿਸ ਤਰੀਕੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਲੋੜ ਹੈ, ਯੂਕਰੇਨ ਵਗੈਰਾ ਦੇ ਵਿੱਚ ਕਣਕ ਦੀ ਮੰਗ ਵਾਹਵਾ ਰਹੇਗੀ, ਉਹਦੇ ਨਾਲ ਜਿਹੜੇ ਪ੍ਰਾਈਵੇਟ ਵਪਾਰੀ ਨੇ ਉਹ ਸ਼ਾਇਦ ਜ਼ਿਆਦਾ ਪੈਸੇ ਦੇ ਨਾਲ ਕਣਕ ਖਰੀਦਣ। ਤੇ ਇੱਕ ਨੌਜਵਾਨ ਜਿਹੜਾ ਹੈ ਕਨ੍ਹੱਈਆ ਕੁਮਾਰ ਹੈ, ਇਹਦੇ ਆਪਾਂ ਨੂੰ ਵਾਹਵਾ ਵਧੀਆ ਬੁਲਾਰਾ ਇਹ ਵੀ, ਤੇ ਭਾਵੇਂ ਇਹ ਸੀ ਡੈਪਟ ਵਿੰਗ ਦਾ, ਪਰ ਫਿਰ ਉਦੋਂ ਬਾਅਦ ਇਹ ਕਾਂਗਰਸ ਚ ਆ ਗਿਆ ਸੀ।
ਤੇ ਇਹ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਣ ਲਈ ਉਹ ਕਹਿੰਦਾ ਤੇ ਤੁਸੀਂ ਸਾਨੂੰ ਜਦੋਂ ਰਾਸ਼ਟਰ ਵਿਰੋਧੀ ਕਹਿੰਦੇ ਹੋ। ਵੈਸੇ ਭਾਰਤੀ ਜਨਤਾ ਪਾਰਟੀ ਚ ਅਕਸਰ ਇਹ ਗੱਲ ਸੁਣੀ ਜਾਂਦੀ ਹੈ, ਜਿਹੜਾ ਬੰਦਾ ਕੋਈ ਵੀ ਗੱਲ ਕਰੇ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਠੀਕ ਨਹੀਂ ਲੱਗਦੀ, ਉਹਨੂੰ ਕਹਿ ਦੋ ਰਾਸ਼ਟਰ ਵਿਰੋਧੀ, ਤੁਹਾਨੂੰ ਮਤਲਬ ਕੌਣ ਰੋਕ ਸਕਦਾ। ਇਸ ਤਰ੍ਹਾਂ ਦੀ ਗੱਲ ਹੀ ਚੱਲਦੀ ਹੈ। ਖੈਰ, ਇੱਕ ਮਾੜੀ ਖਬਰ ਮੋਜ਼ਾਮਬੀਕ ਤੋਂ ਹੈ, ਕਿਸ਼ਤੀ ਪਲਟ ਗਈ ਉੱਥੇ, 96 ਲੋਕਾਂ ਦੀ ਮੌਤ ਹੋ ਗਈ ਉੱਥੇ। ਇਹ ਜਿਹੜਾ ਹੈ ਜਾਣਕਾਰੀ ਉੱਥੋਂ ਦੀ ਹੈ। ਖੈਰ, ਆਪਾਂ ਕਹਿੰਦੇ ਹਾਂ ਵੀ ਇੱਥੇ ਰਿਲੇਸ਼ਨ ਜਿਹੜੇ ਨੇ ਕੋਈ ਜ਼ਿਆਦਾ ਠੀਕ ਨਹੀਂ, ਚੁੱਪ। ਡਾਇਵੋਰਸ ਰੇਟ ਤਾਂ ਸਾਰੀ ਦੁਨੀਆਂ ਚ ਵਧਿਆ ਹੋਇਆ, ਲੇਕਿਨ ਕ੍ਰਾਈਮ ਕਿੰਨਾ ਕੁ ਹੈ। ਇੱਕ ਇੰਗਲੈਂਡ ਚ ਇਸ ਕਿਸਮ ਦੇ ਕੇਸ ਘੱਟ ਆਉਂਦੇ ਨੇ, ਪਰ ਹੁਣ ਇੱਕ ਕੇਸ ਉੱਥੇ ਆਇਆ। ਇੱਕ ਬੰਦੇ ਨੇ 28 ਸਾਲ ਦਾ ਹੀ ਹੈ, ਕੋਈ ਜ਼ਿਆਦਾ ਨਹੀਂ, ਨਿਕੋਲਸ ਮੈਡਸਨ ਉਹਦਾ ਨਾਮ ਹੈ, ਉਹਨੇ ਆਪਦੀ ਪਤਨੀ ਦੇ ਮਾਰ ਕੇ ਨਾ ਚਾਕੂ ਨਾਲ 200 ਟੋਟੇ ਕਰਤੇ, ਤੇ ਟੋਟੇ ਕਰਕੇ ਤੇ ਉਹਨੇ ਨਹਿਰ ਚ ਬੈਗ ਚ ਪਾ ਕੇ ਨਹਿਰ ਚ ਸਿੱਟ ਦਿੱਤਾ। ਪਿੱਛੇ ਆਪਾਂ ਇੱਥੇ ਵੀ ਦੇਖਿਆ ਸੀ, ਇੰਡੀਆ ਚ ਵੀ ਇਹ ਘਟਨਾ ਸੀ, ਤੇ 25 ਮਾਰਚ ਦੀ ਘਟਨਾ ਹੈ, ਜਦੋਂ ਉਹਨੇ ਆਪਣੀ ਪਤਨੀ 26 ਸਾਲ ਦੀ ਜਿਹਦੀ ਉਮਰ ਸੀ ਹੋਲੀ, ਉਹਨੂੰ ਮਾਰਿਆ, ਤੇ ਬਾਅਦ ਚ ਪਤਾ ਲੱਗਿਆ ਵੀ ਕਈ ਲਾਪਤਾ ਹੁਣ ਉਹ ਕੇਸ ਜਿਹੜਾ ਹੈ ਫੜਿਆ ਗਿਆ। ਤੇ ਇੱਕ ਤੁਹਾਨੂੰ ਪਤਾ ਹੈ ਕਿ ਅਮਰੀਕਾ ਚ ਦਾਖਲ ਹੋਣ ਲਈ ਨਾ ਸਭ ਤੋਂ ਵਧੀਆ ਜਿਹੜੀ ਬਾਰਡਰ ਮੰਨਿਆ ਜਾਂਦਾ ਮੈਕਸੀਕੋ ਦਾ, ਉੱਥੇ ਤੱਕ ਪਹੁੰਚਣ ਲਈ ਬਹੁਤ ਮਿਹਨਤ ਕਰਦੇ ਨੇ, ਜੰਗਲਾਂ ਵਿੱਚ ਦੀ ਜਾਂਦੇ ਨੇ, ਬਹੁਤ ਸਾਰੇ ਲੋਕ ਰਸਤੇ ਚ ਮਾਰੇ ਜਾਂਦੇ ਨੇ, ਆਪਾਂ ਨੂੰ ਇਸ ਗੱਲ ਦਾ ਪਤਾ ਹੈ, ਤੇ ਜਦੋਂ ਕਈ ਵਾਰੀ ਅੰਦਰ ਚਲੇ ਜਾਂਦੇ ਨੇ ਤੇ ਫਿਰ ਉੱਥੇ ਉਹਨਾਂ ਨੂੰ ਅਮਰੀਕਨ ਪੁਲਿਸ ਫੜਦੀ ਹੈ, ਕੇਸ ਚੱਲਦੇ ਨੇ। ਇਹ ਸਾਰਾ ਕੁਛ ਉਹਨਾਂ ਦਾ ਅਮਰੀਕਾ ਚ ਟਿਕਣ ਦਾ ਇੱਕ ਤਰੀਕਾ ਹੀ ਸਮਝੋ ਮੰਨਿਆ ਜਾਂਦਾ ਹੈ, ਲੇਕਿਨ ਮੈਕਸੀਕੋ ਤੱਕ ਪਹੁੰਚਣ ਦਾ, ਬਾਰਡਰ ਤੱਕ ਪਹੁੰਚਣ ਦਾ ਹੀ 20-25-30 ਲੱਖ ਰੁਪਇਆ ਜਿਹੜੇ ਏਜੰਟ ਲੈਂਦੇ ਨੇ, ਤੇ ਹੁਣ 222 ਪ੍ਰਵਾਸੀ ਫੜੇ ਗਏ ਨੇ ਉੱਥੇ, ਜਦੋਂ ਕੱਲ ਮੈਕਸੀਕੋ ਦਾ ਜਿਹੜਾ ਆਪਾਂ ਦੇਖਿਆ ਬਾਰਡਰ ਉੱਥੇ ਜਦੋਂ ਕ੍ਰੋਸ ਕਰ ਰਹੇ ਸੀ। ਹੋਰ ਵੀ ਚਲੋ ਇਹ ਤਾਂ ਬੜੇ ਗਏ, ਪਰ ਦੇਸ਼ ਦੇ ਵਿੱਚ ਉਹਨੂੰ ਬੜਾ ਕੁਛ ਫੜਿਆ ਜਾਣਾ ਇਹਨਾਂ ਦਿਨਾਂ ਚ, ਪੈਸਾ ਫੜਿਆ ਜਾਣਾ ਹੈ ਕਿਉਂਕਿ ਇਲੈਕਸ਼ਨ ਆ, ਇਲੈਕਸ਼ਨ ਚ ਬਹੁਤ ਕੁਛ ਫੜਿਆ ਜਾਂਦਾ ਹੈ। ਹੁਣ ਕਰਨਾਟਕ ਦੇ ਵਿੱਚ ਵੀ ਫੜਿਆ ਗਿਆ ਬਲਾਰੀ ਜ਼ਿਲ੍ਹਾ, ਮੈਂ ਤੁਹਾਨੂੰ ਦੱਸਿਆ ਸੋਨਾ ਬੜਾ ਮਹਿੰਗਾ ਹੋ ਗਿਆ, 106 ਕਿੱਲੋ ਸੋਨਾ ਤੇ ਚਾਂਦੀ ਦੇ ਗਹਿਣੇ ਫੜੇ ਗਏ ਨੇ, ਤੇ 5.5 ਕਰੋੜ ਰੁਪਇਆ ਨਗਦੀ ਜਿਹੜੀ ਆ ਉੱਥੇ ਬਰਾਮਦ ਹੋਈ ਹੈ। ਹੁਣ ਇਹ ਕਾਹਦੇ ਲਈ ਲੈ ਕੇ ਗਏ ਸੀ ਇਹ ਤਾਂ ਹੁਣ ਜਿਹੜੀ ਹੈ ਇਨਵੈਸਟੀਗੇਸ਼ਨ ਹੈ ਦੱਸੂਗੀ, ਲੇਕਿਨ ਇਹ ਫੜੇ ਗਿਆ ਇਲੈਕਸ਼ਨ ਚ ਵਰਤਿਆ ਜਾਣਾ ਕਿੱਥੇ, ਇਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂ। ਤੇ ਖਹਿਰਾ ਸਾਹਿਬ ਲਗਾਤਾਰ ਸਰਕਾਰ ਦੀ ਪੋਲ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ, ਹੁਣ ਉਹਨਾਂ ਨੇ ਇੱਕ ਖੁਫੀਆ ਵਿਭਾਗ ਦੀ ਰਿਪੋਰਟ ਦਾ ਹਵਾਲਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਟੈਕ ਕੀਤਾ, ਕਹਿੰਦੇ ਨਜਾਇਜ਼ ਮਾਈਨਿੰਗ ਸੰਬੰਧੀ ਜਿਹੜੀ ਰਿਪੋਰਟ ਆਈ ਹੈ ਉਹਤੇ ਕਾਰਵਾਈ ਕਿਉਂ ਨਹੀਂ ਕਰਦੀ ਆਮ ਆਦਮੀ ਪਾਰਟੀ, ਬਹੁਤ ਕੁਛ ਹੈ। ਦੀਵਾਨ ਟ੍ਰੇਡਰ ਮਹਿੰਦੀ ਜਿਹੜੀ ਹਵੇਲੀ ਦਾ ਕੰਮ ਹੁਣ ਦੁਬਾਰਾ ਸ਼ੁਰੂ ਹੋਊਗਾ, 5-7 ਕਰੋੜ ਲਾਉਣਾ, ਉਹ ਜਿਹੜੀ ਉਹਨਾਂ ਦੀ ਇੱਕ ਟਰੱਸਟ ਬਣਿਆ ਹੋਇਆ, ਤੇ ਉਹਦੇ ਚ ਮੇਰੇ ਮਿੱਤਰ ਵੀ ਨੇ ਇੱਕ ਹਰਬੰਸ ਸਿੰਘ ਜਡਾਲੀ ਜਿਹੜੇ ਰੂਬੀ ਸਹੂਲਤਾਂ
ਰਤਨ ਭਾਈ ਐਮ ਪੀ ਰਹੇ ਨੇ, ਕੈਨੇਡਾ ਦੇ ਵਿੱਚ ਹੈਗੇ ਨੇ, ਉਹਨਾਂ ਦੇ ਪਿਤਾ ਨੇ ਲਖਵਿੰਦਰ ਸਿੰਘ ਪਾਣੀ ਕਿਹਾ, ਕਿਰਪਾਲ ਸਿੰਘ ਬਲਾਕੀਪੁਰ ਹੈ, ਸੁਖਵਿੰਦਰ ਸਿੰਘ ਢਿੱਲੋਂ, ਲਖਵਿੰਦਰ ਸਿੰਘ ਪੱਤਰੀ, ਗਿਆਨੀ ਜਸਵਿੰਦਰ ਸਿੰਘ ਗਰੁੱਪ ਹੈ, ਸਾਰਿਆਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਬੜੀ ਜਲਦੀ ਅਸੀਂ ਕੰਮ ਸ਼ੁਰੂ ਕਰਨਾ ਹੈ ਤੇ ਇੱਥੇ ਤਕਰੀਬਨ ਅਸੀਂ ਪੁਰਾਣੀ ਦਿੱਖ ਦੇਣੀ ਹੈ ਇਹਨੂੰ, 10 ਤੋਂ 15 ਕਰੋੜ ਰੁਪਇਆ ਜਿਹੜਾ ਹੈ ਆਉਣਾ, 18ਵੀਂ ਸਦੀ ਦੀ ਦਿੱਖ ਉਹਦੀ ਹੈ। ਪਤਾ ਲੱਗਿਆ ਨਾਕਸ਼ਾ ਇੱਟਾਂ ਵੀ ਮਿਲ ਗਈਆਂ ਉੱਥੋਂ, ਤੇ ਇਹ ਜਿਹੜੀ ਫਾਊਂਡੇਸ਼ਨ ਬਣੀ ਹੈ ਤੇ ਇਹਦੇ ਇਹ ਕੰਮ ਕਰਨਾ। ਪਰ ਦੱਸੋ, ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਕਰਦੇ ਹਾਂ, ਮਿਲਦੇ ਹਾਂ ਕੱਲ ਸਵੇਰੇ 8:40 ਖਬਰ ਤੇ ਨਜ਼ਰ। ਰਜਿੰਦਰ ਵਾਲੀ ਸ਼ੋਅ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।